ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰ ਦਾ ਜੱਟ ਹੈਗਾ। ਜੱਟਾਂ ਦਾ ਜਿਹੜਾ ਕੜਛੀ ਟਾਈਟਲ ਹੈਗਾ ਚੌਧਰੀ ਹੈਗਾ, ਤੇ ਜਿਹੜੇ ਖੱਤਰੀ ਹੋਏ ਜਾਂ ਬਿਜ਼ਨਸ ਪੀਪਲ, ਬਾਣੀਆਂ ਤੇ ਪਾਟੀਆਂ ਤੇ ਇੱਦਾਂ ਦੇ ਲੋਕ ਜਿਹੜੇ ਹੈਗੇ ਨੇ, ਸਰਸਵਤ ਦੂਏ ਹੈਗੇ ਨੇ ਜਿਹੜੇ ਹੋਰ ਦੁਕਾਨਦਾਰੀ ਕਰਦੇ, ਇਹਨਾਂ ਦਾ ਇਹਨਾਂ ਦਾ ਕੜਛੀ ਟਾਈਟਲ ਲਾਲਾ ਹੈਗਾ। ਆਪਣੇ ਸਤਿਗੁਰੂ ਨਾਨਕ ਦੇਵ ਜੀ ਲਾਲਾ ਸੀਗੇ, ਲਾਲਾ ਨਾਨਕ ਦੇਵ ਜੀ ਤੇ ਮਹਿਤਾ ਖੱਤਰੀ। ਇਹ ਵੇਦਾਂ ਦੇ ਬੜੇ ਇਹਨਾਂ ਦਾ ਇਹਦਾ ਮਾਹਰ ਹੁੰਦਾ ਸੀ, ਇਸ ਕਰਕੇ ਉਹਨੂੰ ਵੇਦੀ ਕਹਿੰਦੇ ਸੀਗੇ, ਵੀ ਵੇਦਾਂ ਦਾ ਮਾਹਰ ਹੈਗਾ। ਮਾਹਰ ਜਿਹੜਾ ਸੀਗਾ ਉਹ ਪੜ੍ਹ ਪੜ੍ਹ ਕੇ ਨਾ ਵੇਦ ਅੰਨੇ ਹੋ ਜਾਂਦੇ ਨੇ, ਇਹ ਪੁਰਾਣੀ ਸ਼ਰਾਬ ਹੈਗੀ ਵੇਦ। ਲੋਕੀ ਪੜ੍ਹਦੇ ਹੈਗੇ ਨੇ, ਉਹਦਾ ਵਿਚਾਰ ਨਹੀਂ ਕਰਦੇ ਵੀ ਇਹਦੀ ਜੜ੍ਹ ਕਿੱਥੇ ਹੈਗੀ। ਉਹ ਜੜ੍ਹ ਜਿਹੜੀ ਹੈਗੀ ਉਹ ਹੈਗੀ ਓਰੋ ਟੋਰਾ, ਉਹ ਚੀਜ਼ ਉਹ ਨਾਨਕ ਦੱਸਣ ਆਇਆ ਸੀ ਲੋਕਾਂ ਨੂੰ ਵੀ ਆਹ ਹੈਗੀ ਜੜ੍ਹ ਇਹਦੀ। ਤੇ ਇਸੇ ਕਰਕੇ ਨਾਨੀ ਕਹਿੰਦੇ ਵੇਦੋਂ ਮੇ ਨਾਮ ਉੱਤਮ, ਵੇਦਾਂ 'ਚ ਨਾਮ ਉੱਤਮ ਹੈਗਾ। ਤੇ ਇੱਥੇ ਮੈਂ ਪਰੂਫ ਦੇ ਰਿਹਾ ਹੈਗਾ ਆਪਣੇ ਸਤਿਗੁਰੂ ਜਾਂ ਕ੍ਰਾਈਸਟ ਜੀਜ਼ ਦਾ ਵਰਜਨ ਬਰਥ ਦੇ, ਤੇ ਉਹਦਾ ਜਿਹੜਾ ਪਹਿਲਾਂ ਮੈਂ ਦਿੱਤਾ ਸੀ ਵੀ ਕਿਉਂ ਪੈਦਾ ਹੋਇਆ ਸੀਗਾ, ਦੂਜਾ ਮੈਂ ਦਿੱਤਾ ਸੀ ਵੀ ਖੁਰਲੀ 'ਚ ਕਿਉਂ ਪੈਦਾ ਹੋਇਆ ਸੀਗਾ, ਤੀਜਾ ਹੈਗਾ ਉਹਦਾ ਨਾਂ ਜਦੋਂ ਰੱਖਿਆ ਗਿਆ ਸੀ ਉਹ ਉਹਨੂੰ ਹੀਬਰੂ 'ਚ ਯਸ਼ੋਆ ਕਹਿੰਦੇ ਨੇ, ਤੇ ਯਸ਼ੋਆ ਦੋ ਅਰਫਾਂ ਦਾ ਬਣਿਆ ਹੋਇਆ, ਯੈ ਫਰਮ ਯਾਵੇ, ਯਾਵੇ ਹੈਗਾ ਬ੍ਰਹਮਾ, ਇਹਨੂੰ ਅਰਬੀ 'ਚ ਖੁਦਾ ਕਹਿੰਦੇ ਨੇ, ਤੇ ਸ਼ੋਆ ਤੇ ਸ਼ਿਵਾ ਇੱਕ ਬਰਾਬਰ ਹੈਗੇ। ਉੱਥੇ ਜਰੂਸਲਮ ਮੈਂ ਟੈਲੀਵਿਜ਼ਨ ਦੇਖਦਾ ਸੀ ਤਾਂ ਉਹ ਇੱਕ ਗੱਡੀ 'ਚ ਦੋ ਸੀਗੀਆਂ ਸਿਨੇਗੋਗ, ਇੱਕ 'ਚ ਲਿਖਿਆ ਸੀ ਬਾਹਰ ਸ਼ੋਆ ਤੇ ਦੂਏ ਪਾਸੇ ਲਿਖਿਆ ਸ਼ਿਵਾ, ਦੋਨੋਂ ਜਿਹੜੀਆਂ ਉਹਨਾਂ ਦੀਆਂ ਸੀਗੀਆਂ ਸਿਨੇਗੋਗਸ, ਸ਼ੋਆ ਤੇ ਸ਼ਿਵਾ। ਸ਼ਿਵਾ ਤਾਂ ਤੁਹਾਨੂੰ ਪਤਾ ਕਿ ਪੰਜਾਬੀ 'ਚ ਜਿਹੜਾ ਪ੍ਰਾਈਮਲ ਐਡਮ ਸੀਗਾ, ਇਹ ਕਰਕੇ ਜੀਜ਼ ਜਿਹੜਾ ਸੀਗਾ ਫਸਟ ਬੋਰਨ ਆਫ ਯਾਵੇ ਦੀ ਸੈਕਿੰਡ ਐਡਮ। ਹੁਣ ਜਿਹੜੀ ਆ ਸਾਰੀ ਸ੍ਰਿਸ਼ਟੀ ਜਿਹੜੀ ਨਜ਼ਰ ਆਉਂਦੀ ਹੈਗੀ ਇਹ ਸਾਰੀ ਬ੍ਰਹਮਾ ਦੀ ਹੈਗੀ, ਬ੍ਰਹਮਾ ਇਹਨਾਂ ਦਾ ਮੁੱਢ ਹੈਗਾ। ਤੇ ਇਸੇ ਕਰਕੇ ਬਾਣੀ ਚਾਹੁੰਦਾ ਬ੍ਰਹਮ ਕੇ ਬੇਟੇ ਸ਼ਬਦ ਪਛਾਤਾ, ਯਾਨੀ ਕਿ ਜਿੰਨਾ ਚਿਰ ਤੁਸੀਂ ਬ੍ਰਹਮ ਦੇ ਬੇਟੇ ਨਹੀਂ ਬਣਦੇ, ਬ੍ਰਹਮ ਦਾ ਬੇਟਾ ਆ ਹੈਗਾ ਭਾਂਡਾ ਕੱਚਾ ਪਿਓ, ਜਿੰਨਾ ਚਿਰ ਤੁਸੀਂ ਕੱਚੇ ਪਿਓ ਦੇ ਬਣਦੇ ਪੱਕੇ ਪਿਓ ਦੀ ਸੁਰਤ ਨਹੀਂ ਆਉਣੀ। ਤੇ ਇਸੇ ਕਰਕੇ ਜਿਹੜਾ ਜੌਨ ਦੀ ਬਾਪਟਿਸਟ ਸੀਗਾ ਉਹਨਾਂ ਨੂੰ ਕੱਚੇ ਪਿਓ ਦਾ ਬਣਾਉਣ ਲਈ ਆਇਆ ਸੀਗਾ, ਉਹਨੇ ਡੁਬਕੀ ਦਿੱਤੀ ਸੀ ਇਬਰਾਹਿਮ ਦੇ ਨਾਂ ਤੇ। ਅੱਜ ਕੱਲ੍ਹ ਤੁਸੀਂ ਦੇਖਦੇ ਹੋ ਡੁਬਕੀ ਦਿੰਦੇ ਨੇ ਇਨ ਦੀ ਨੇਮ ਆਫ ਗੋਡ ਐਂਡ ਹਿਸ ਸਨ ਕ੍ਰਾਈਸਟ ਜੀਸਸ ਤੇ ਹੋਲੀ ਸਪਿਰਿਟ। ਕੋਈ ਉਹਨੇ ਉਹ ਤਾਂ ਕਹਿੰਦਾ ਸੀ ਮੇਰੇ ਤੋਂ ਬਾਅਦ ਆਊਗਾ ਜਿਹੜਾ ਉਹ ਹੋਲੀ ਸਪਿਰਿਟ ਤੁਹਾਨੂੰ ਬਪਟਾਈਜ਼ ਕਰੇਗਾ, ਇਹਨੇ ਤਾਂ ਨਹੀਂ ਕੀਤਾ। ਉੱਥੇ ਸਾਫ ਲਿਖਿਆ ਜਿੱਥੇ ਇਹਨਾਂ ਦਾ ਲਿਖਿਆ ਵੀ ਉਹ ਜੌਨ ਦੀ ਬਾਪਟਿਸਟ ਬਪਟਾਈਜ਼ ਕਰਦਾ ਸੀਗਾ, ਜਿਹੜੇ ਸੀਗੇ ਬ੍ਰਾਹਮਣ ਜਾਂ ਜਿਹੜੇ ਪੰਡਿਤ ਸੀਗੇ ਜਿਹਨਾਂ ਨੂੰ ਰਬਾਈ ਕਹਿੰਦੇ ਨੇ ਪ੍ਰੀਸਟ, ਉਹ ਟੈਂਪਲ ਉੱਪਰ ਸੀਗਾ, ਉਹਦੇ 'ਚ ਦੇਖ ਰਿਹਾ ਸੀਗੇ ਵੀ ਇਹ ਕਰ ਰਿਹਾ ਹੈਗਾ, ਬਣਾ ਰਿਹਾ ਹੈਗਾ ਆਪਣੇ ਜਿਸਮ ਦੇ ਲੋਕਾਂ ਨੂੰ ਕੌਮਾਂ ਦੇ ਬਣਾ ਰਿਹਾ ਹੈਗਾ। ਤੇ ਉਹ ਬਣਾਉਂਦੇ ਸੀ ਜਿਸਮ ਦਾ ਜੀਵ, ਤੇ ਉਹ ਬਣਾ ਰਿਹਾ ਸੀ ਜੌਨ ਦੀ ਬਾਪਟਿਸਟ ਦਿਲ ਦਾ ਜੀਵ ਬਣਾ ਰਿਹਾ ਸੀ, ਜਿਹੜਾ ਦਿਲ ਦਾ ਮਤਲਬ ਸਪਿਰਚੁਅਲ ਸੈਲਫ ਹੈਗਾ, ਫਿਜੀਕਲ ਸੈਲਫ ਨਹੀਂ ਹੈਗਾ। ਜੇ ਤੁਸੀਂ ਜਿਸਮ ਦੇ ਜੀਵ ਬਣ ਜਾਓ ਤੇ ਤੁਸੀਂ ਆਪਣਾ ਜਿਹੜਾ ਤੁਲਕ ਹੈਗਾ ਜਾਂ ਉਹਦਾ ਲਿੰਕ ਹੈਗਾ ਜਾਂ ਕੋਗਨੇਟ ਹੈਗਾ ਉਹ ਤੁਸੀਂ ਇਬਰਾਹਿਮ ਨਾਲ ਨਹੀਂ ਜੋੜ ਸਕਦੇ, ਇਬਰਾਹਿਮ ਸਮੈਟਿਕ ਰੇਸ ਦਾ ਸੀਗਾ। ਤੇ ਇਹ ਜਿਹੜਾ ਹੈਗਾ ਇਹ ਰੇਸ ਦੇ ਪੈਦਾ ਹੁੰਦੇ ਜਿਹੜੇ ਆਪਣੇ ਆਪ ਜਿਹੜੇ ਹੁੰਦੇ ਕੱਚਾ ਪਿਓ, ਮੇਰੀ ਆਪਾਂ ਦੀ ਨਸਲ ਹੈਗੀ ਆਰੀਆ, ਆਰੀਆ ਨਸਲ ਦੇ ਵਿੱਚੋਂ ਜੱਟ ਜਿਹੜੇ ਹੈਗੇ ਯਾਦਵ ਹੈਗੇ ਉਹ ਇੱਕ ਵੰਸ਼ ਹੈਗੀ, ਤੇ ਉਹਦੇ 'ਚੋਂ ਜੱਟ ਜਿਹੜੇ ਨੇ ਉਹ ਮੈਜੋਰਿਟੀ 'ਚ ਹੈਗੇ ਨੇ, ਯਾਦਵ ਵੀ ਤੇ ਜੱਟ ਇੱਕ ਬਰਾਬਰ ਹੈਗੇ ਨੇ। ਤੇ
ਉਹਨਾਂ ਨੂੰ ਕਹਿੰਦਾ ਜੌਨ ਦੀ ਬਾਪਟਿਸਟ ਡੋਂਟ ਯੂ ਸੇ ਦੈਟ ਯੂ ਆਰ ਸਨਸ ਆਫ ਇਬਰਾਹਿਮ ਆਈ ਕੈਨ ਟਰਨ ਸਟੋਨਸ ਇਨ ਟੂ ਸਨਸ ਆਫ ਇਬਰਾਹਿਮ ਹੁਣ ਸਟੋਨਸ ਜਿਹੜੇ ਹੈਗੇ ਨੇ ਇਹ ਜਿਹੜੇ ਹੈਗੇ ਨੇ ਕਿਤਾਬੀ ਕੀੜੇ ਹੈਗੇ ਨੇ ਜਿਹੜੇ ਪ੍ਰੋਫੈਸਰ ਯੂਨੀਵਰਸਿਟੀਆਂ ਦੇ ਹੈਗੇ ਨੇ ਇਹ ਸਟੋਨ ਦਾ ਮਤਲਬ ਇਹਦੇ ਪੱਥਰ ਜਿਹੜੇ ਪਏ ਨੇ ਸੜਕਾਂ ਤੇ ਵੀ ਇਹਨਾਂ ਨੂੰ ਉਹ ਕਹਿੰਦਾ ਸੀ ਵੀ ਮੈਂ ਪੁੱਤਰ ਬਣਾ ਦੇਣਾ ਇਹ ਉਹਨਾਂ ਨਾਲ ਨਹੀਂ ਹੈਗਾ ਉਹਦੀ ਸਪਿਰਚੁਅਲ ਲੈਂਗੁਏਜ ਹੈਗੀ ਸਪਿਰਚੁਅਲ ਲੈਂਗੁਏਜ ਤੁਹਾਨੂੰ ਉਹ ਆਪਾਂ ਕਹਿੰਦਾ ਆਦਮੀ ਪੱਥਰ ਦਿਮਾਗ ਹੈਗਾ ਇਹਨੂੰ ਕੁਛ ਸਮਝ ਨਹੀਂ ਆਉਂਦੀ ਜਾਣੀ ਭੋਲਾ ਭਾਲਾ ਚਲਾਕ ਨਹੀਂ ਉਹ ਚਤੁਰ ਚਲਾਕ ਸੀਗੇ ਜਿਹੜੇ ਰੱਬ ਆਈ ਸੀਗੇ ਉੱਥੇ ਬੈਠੇ ਹੋਏ ਆਪਣੇ ਟੈਂਪਲ ਵਿੱਚ ਚਤੁਰ ਚਲਾਕ ਜਿੱਦਾਂ ਅੱਜ ਕੱਲ੍ਹ ਪ੍ਰੀਸਟ ਹੈਗੇ ਨੇ ਤੇ ਬ੍ਰਾਹਮਣ ਹੈਗੇ ਨੇ ਚਤੁਰ ਚਲਾਕ ਸਾਈਟਿਕ ਲੋਕਾਂ ਨੇ ਸਮਝ ਲੈਂਦੇ ਵੀ ਨਬਜ਼ ਕੀ ਹੈਗੀ ਉੱਦਾਂ ਦੀ ਸੁਣਾ ਦਿੰਦੇ ਨੇ ਲੋਕਾਂ ਨੂੰ ਲੁੱਟ ਲੈਂਦੇ ਨੇ ਜਿਹੜਾ ਲੁੱਟਣ ਦਾ ਲੋਕਾਂ ਨੇ ਢੰਗ ਬਣਾਇਆ ਤੇ ਟਰਨਿੰਗ ਸਟੋਨ ਇਨ ਟੂ ਬ੍ਰੈਡ ਮੀਨ ਸਟੋਨ ਇਨ ਟੂ ਸਨਸ ਆਫ ਇਬਰਾਹਿਮ ਮੀਨ ਹੈਗਾ ਵੀ ਜਿਹੜੇ ਹੈਗੇ ਸਿੱਧਾ ਸਾਧਾ ਲੋਕ ਹੈ ਚਤੁਰ ਚਲਾਕ ਨਹੀਂ ਹੈਗੇ ਉਹਨਾਂ ਨੂੰ ਮੈਂ ਇਬਰਾਹਿਮ ਦਾ ਪੁੱਤਰ ਬਣਾ ਦਿੰਦਾ ਉਹਨੇ ਇਬਰਾਹਿਮ ਦੇ ਪੁੱਤਰ ਇਬਰਾਹਿਮ ਦੇ ਨਾਂ ਤੇ ਡੁਬਕੀ ਦਿੱਤੀ ਸੀ ਪਾਣੀ 'ਚ ਇਹ ਜਿਹੜੇ ਨੇ ਚਰਚਾਂ 'ਚ ਕਰਦੇ ਨੇ ਇਹਨਾਂ ਨੂੰ ਪੁੱਛੇ ਵੀ ਉਹਨੇ ਤਾਂ ਇਬਰਾਹਿਮ ਦੇ ਨਾਂ 'ਤੇ ਦਿੱਤੀ ਸੀ ਇਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਕਿਤਾਬੀ ਕੀੜੇ ਇਸ ਕਰਕੇ ਇਹਨਾਂ ਨੂੰ ਕਹਿੰਦੇ ਇਹ ਦੇਖਦੇ ਹੈਗੇ ਦੋ ਅੱਖਾਂ ਨਾਲ ਵੇਖਦੇ ਨਹੀਂ ਹੈਗੇ ਦੇ ਸੀ ਬਟ ਡੂ ਨਾਟ ਪਰਸੀਵ ਪਰਸੀਵ ਹੁੰਦਾ ਵੇਖਣਾ ਸੀ ਹੁੰਦਾ ਦੇਖਣਾ ਹਰਫ ਕੀ ਲਿਖਿਆ ਕੀ ਹੋਇਆਗਾ ਇਹ ਬਾਈਬਲ ਜਿਹੜੀ ਫਰਬਿਡਨ ਹੈਗੀ ਬਾਈਬਲ ਜਿਹੜੀ ਚੱਕੀ ਫਿਰਦੇ ਨੇ ਫਰਬਿਡਨ ਹੈਗੀ ਜੀਸਸ ਕਹਿੰਦਾ ਜਦੋਂ ਤੁਸੀਂ ਪ੍ਰਚਾਰ ਕਰਨ ਜਾਓ ਤੁਹਾਡੇ ਬੁੱਝ 'ਚ ਨਾ ਪੈਸਾ ਹੋਣਾ ਚਾਹੀਦਾ ਨਾ ਦੋ ਸ਼ੂ ਨਾ ਦੋ ਕਮੀਜ਼ਾਂ ਤੇ ਨਾ ਕੋਈ ਚੂਨਿਕ ਯਾਨੀ ਕੋਟ ਇੱਕੋ ਹੀ ਕੋਟ ਹੋਣਾ ਚਾਹੀਦਾ ਦੋ ਨਹੀਂ ਹੋਣੇ ਚਾਹੀਦੇ ਇੱਕੋ ਇੱਕ ਤੇ ਨਾ ਸਕ੍ਰਿਪ ਸਕ੍ਰਿਪ ਹੈਗਾ ਸਕ੍ਰਿਪਚਰ ਇਹ ਪਹਿਲਾਂ ਸਕ੍ਰਿਪਚਰ ਹੁੰਦਾ ਸੀ ਫਿਰ ਇਹਨਾਂ ਨੇ ਬਦਲ ਬਦਲ ਕੇ ਇਹਨੂੰ ਹੁਣ ਸੈਕ ਬਣਾ ਦਿੱਤਾ ਸੈਕ ਮੈਂ ਨਾ ਥੈਲਾ ਪਿੱਛੇ ਜਿੱਦਾਂ ਪਾਈਦਾ ਰੈਕ ਸੈਕ ਹੋਏਗਾ ਏਦਾਂ ਦਾ ਰੈਕ ਸੈਕ ਬਣਾ ਦਿੱਤਾ ਹੁਣ ਇਹਨਾਂ ਸਕ੍ਰਿਪਚਰ ਦਾ ਤੇ ਇਹ ਇਹਨਾਂ ਦੀ ਹੈਗੀ ਹੇਰਾ ਫੇਰੀਆ ਤੇ ਇਸ ਕਰਕੇ ਜੀਜੇ ਦਾ ਨਾਂ ਜਿਹੜਾ ਸੀਗਾ ਯਸ਼ੂਆ ਸੀਗਾ ਯੈਤ ਹੈਗਾ ਯਾਵੇ ਬ੍ਰਹਮਾ ਖੁਦਾ ਜਿਹਦੀ ਸ੍ਰਿਸ਼ਟੀ ਹੈਗੀ ਕੁਦਰਤ ਹੈਗੀ ਜਿਹੜੀ ਨਜ਼ਰ ਆਉਂਦੀ ਦੋ ਅੱਖਾਂ ਨਾਲ ਜਿਹੜੀ ਪਾਰ ਬ੍ਰਹਮ ਦੀ ਚੀਜ਼ਾਂ ਹੈਗੀਆਂ ਉਹ ਪੇਖੀ ਦੀਆਂ ਦੇਖ ਦਿਸਦੀਆਂ ਨਹੀਂ ਹੈਗੀਆਂ ਪਾਰ ਬ੍ਰਹਮ ਦੇ ਅੰਦਰ ਰੂਹ ਹੈਗੀ ਆਪਣੇ ਉਹ ਹੈਗੀ ਸੁਪਰ ਨੈਚੁਰਲ ਇਹ ਨੈਚੁਰਲ ਹੈਗਾ ਇਹ ਨੈਚੁਰਲ ਹੈਗਾ ਨੇਚਰ ਦਾ ਲਾਰਡ ਜਿਹੜਾ ਹੈਗਾ ਬ੍ਰਹਮਾ ਹੈਗਾ ਬ੍ਰਹਮਾ ਖੁਦਾ ਤੇ ਯਾਵੇ ਹੈਗੇ ਸੁਪਰ ਨੈਚੁਰਲ ਜਿਹੜਾ ਹੈਗਾ ਉਹ ਹੈਗਾ ਐਲੋਹੀਅਮ ਅੱਲਾ ਪਾਰ ਬ੍ਰਹਮ ਹੈਗਾ ਨਾ ਸੁਪਰ ਨੈਚੁਰਲ ਆਹ ਭਾਂਡੇ ਜਿਹੜੇ ਨਾ ਛੇ ਤਿੰਨ ਇੱਧਰ ਤਿੰਨ ਹੈਗੇ ਹੋਲੀ ਤਿੰਨ ਹੈਗੇ ਈਵਲ ਹੈਗਾ ਨਾ ਕ੍ਰੋਸ ਜਿਹੜਾ ਡੇਵਿਡਸ ਕ੍ਰੋਸ ਅਪੋਜਿਟ ਹੀ ਹੈ ਦੋ ਟ੍ਰਾਇੰਗਲ ਇਹੋ ਹੀ ਹੈਗੀਆਂ ਦੋ ਟ੍ਰਾਇੰਗਲ ਇਹਦੀਆਂ ਜਿਹੜਾ ਆਪਾਂ ਉਲਟੇ ਵੀ ਕੰਮ ਕਰੀਦੇ ਪਾਪ ਪਾਪ ਇੱਥੇ ਹੁੰਦਾ ਨਾ ਪੁੰਨ ਪਾਪ ਤੇ ਆਹ ਹੈਗਾ ਪਾਰ ਬ੍ਰਹਮ ਦਾ ਇਹਦੇ ਚ ਜਿਹੜੀ ਇਹ ਭਾਂਡੇ ਹੈਗੇ ਨੇ ਇਹ ਜਿਹੜੇ ਲੈਂਪ ਜਗਾਈਦੇ ਨੇ ਇੱਥੋਂ ਜਲਾਈਦੇ ਨੇ ਐਸ ਬੱਤੀ ਤੋਂ ਜਲਾਈਦੇ ਨੇ ਇਹ ਪਾਰ ਬ੍ਰਹਮ ਦੀ ਜੋਤ ਹੈਗੀ ਹਰ ਇੱਕ ਚ ਤਦੇ ਭਗਤੀ ਮਾਰਗ ਵਿੱਚ ਤੁਹਾਡਾ ਕੋਈ ਦੁਸ਼ਮਣ ਨਹੀਂ ਹੈਗਾ ਕਿ ਉਹ ਹਰ ਇੱਕ ਚ ਪਾਰ ਬ੍ਰਹਮ ਦੀ ਜੋਤ ਹੈਗੀ ਤੇ ਉਹ ਜੋਤ ਉਹਦਾ ਨਿਸ਼ਾਨ ਹੈਗਾ ਇਸ ਕਰਕੇ ਭਗਤੀ ਮਾਰਗ ਵਿੱਚ ਜੇ ਕੋਈ ਤੁਹਾਡੇ ਚਪੇੜ ਮਾਰੇ ਤਾਂ ਤੁਸੀਂ ਦੂਜੀ ਗੱਲ ਕਰਦੇ ਹੋ ਹਿੰਦੂ ਜਿਹੜਾ ਹੁੰਦਾ ਹੈਗਾ ਉਹਦੇ 'ਚ ਉਹਨਾਂ ਨੂੰ ਇਸ ਦਾ ਇਲਮ ਨਹੀਂ ਹੁੰਦਾ ਹਿੰਦੂ 'ਚ ਹੈਗਾ ਜੇ ਕੋਈ ਤੁਹਾਡੇ ਚਪੇੜ ਮਾਰੇ ਉਹਦੇ ਦੋ ਜੜਦੇ ਆ ਤੁਸੀਂ ਤੂੰ ਮਾਰਨ ਨਾਲ ਕੌਣ ਹੈਗਾ ਯਾਨੀ ਕਿ ਇਹ ਟਿਟ ਫਾਰ ਟੈਟ ਇਹ ਜਿਹੜਾ ਹੈਗਾ ਨਾ ਜਿਹੜਾ ਹੈਗਾ ਹਿੰਦੂ ਤੋਂ ਜਦੋਂ ਸਿੱਖ ਹਿੰਦੂ ਪਹਿਲਾ ਪੰਥ ਹੈਗਾ ਹਿੰਦੂ ਦਾ ਹੁੰਦਾ ਜਿਹੜਾ ਮੁੱਢ ਹੈਗਾ ਉਹ ਹੈਗਾ ਹੂੰਦ ਆਪਣੇ ਪਿੰਡ 'ਚ ਕੋਈ ਅਣਜਾਣ ਆਦਮੀ ਆਉਂਦਾ ਨਾ ਕਹਿੰਦਾ ਤੂੰ ਹੁੰਦਾ ਕੌਣ ਹੈਗਾ ਉਹ ਫਿਰ ਦੱਸਦਾ ਵੀ ਮੈਂ ਫਲਾਨੇ ਦਾ ਪੁੱਤਰ ਹੈਗਾ
ਫਲਾਨੀ ਜਗ੍ਹਾ ਦਾ ਰਹਿਣਾ, ਜਾਤੀ ਔਰ ਬਾਸੀ ਜਦੋਂ ਦੱਸਦਾ ਹੈਗਾ ਉਹਦੀ ਹੋਂਦ ਅਸਟੈਬਲਿਸ਼ ਹੋ ਜਾਂਦੀ ਹੈਗੀ, ਉਹਨੂੰ ਹਿੰਦੂ ਕਹਿੰਦੇ ਨੇ। ਯਾਨੀ ਕਿ ਮੈਂ ਜਦੋਂ ਕਿਹਾ ਨਾ ਮੈਂ ਪੰਡੋਰੀ ਨਿਜਰਾਂ ਦਾ ਜੱਟ ਹੈਗਾ, ਮੈਂ ਆਪਣੀ ਹੋਂਦ ਤੁਹਾਨੂੰ ਦੱਸ ਦਿੱਤੀ, ਮੈਂ ਹਿੰਦੂ ਹੈਗਾ, ਮੈਂ ਬ੍ਰਹਮ ਦਾ ਬੇਟਾ ਹੈਗਾ, ਤਦੇ ਮੈਂ ਸਿੱਖ ਬਣ ਸਕਦਾ, ਤਦੇ ਮੈਨੂੰ ਸੁਰਤੀ ਆਈ ਪਾਰ ਬ੍ਰਹਮ ਦੀ। ਜੇ ਕੱਚਾ ਕੱਚੀ ਏਟੀ ਹੈ ਨੀਗੀ ਤੇ ਪੱਕੀ ਏਟੀ ਕਿੱਧਰੋਂ ਬਣਾ ਲਓਗੇ? ਜੇ ਕੱਚਾ ਪਿਓ ਹੀ ਹੈ ਜੀ ਤੁਹਾਡੇ ਕੋਲ, ਉਹਦੀ ਪਤਾ ਨਹੀਂ, ਉਹਦੀ ਸੁਰਤੀ ਨਹੀਂ ਹੈਗੀ, ਪੱਕੇ ਪਿਓ ਦੀ ਸੁਰਤੀ ਕਿੱਥੋਂ ਮਿਲ ਜਾਏਗੀ ਤੁਹਾਨੂੰ? ਇਸ ਕਰਕੇ ਪਹਿਲਾਂ ਆਪਣੀ ਜਾਤ ਨਾ ਛੁਪਾਓ। ਇਹ ਜਾਤ ਜਿਹੜੀ ਹੈਗੀ ਇਹ ਦੁਨੀਆ 'ਚ ਹੈਗੀ, ਜਿਹੜੇ ਹਿੰਦੂ ਹੈਗੇ ਉਹਨਾਂ 'ਚ ਹੁੰਦਾ ਹੈਗਾ, ਉਹ ਜੋ ਬਾਹਮਣ ਕਹਿੰਦਾ ਉਹ ਕਰਦੇ ਨੇ। ਇਸ ਕਰਕੇ ਹਿੰਦੂ ਅੰਨਾ ਕੀ ਹੈਗਾ, ਜਦੋਂ ਸੁਰਤੀ ਆ ਜਾ ਵੀ ਸਾਡਾ ਇੱਕ ਪਾਰ ਬ੍ਰਹਮ ਵੀ ਪਿਓ ਹੈਗਾ, ਉਦੋਂ ਤੁਸੀਂ ਤੁਹਾਡਾ ਕੋਈ ਦੁਸ਼ਮਣ ਨਹੀਂ ਰਹਿੰਦਾ। ਉਦੋਂ ਫਿਰ ਇਹਨੂੰ ਕਹਿੰਦੇ ਉਲਟੀ ਹੋ ਗਈ, ਉਲਟਾ। ਯਾਨੀ ਕਿ ਹਿੰਦੂ ਵਿੱਚ ਹੈਗਾ ਟਿੱਠ ਫੱਟ ਹੈ, ਜੇ ਕੋਈ ਚਪੇੜ ਮਾਰੇ ਤੇ ਦੋ ਚੜਦੇ ਆ, ਸਿੱਖ 'ਚ ਹੈਗਾ ਜੇ ਕੋਈ ਚਪੇੜ ਮਾਰੇ ਤੇ ਦੂਜੀ ਗੱਲ ਕਰਦੇ ਆ, ਹੋ ਗਈ ਕਿ ਨਾ ਉਲਟੀ, ਇਹਨੂੰ ਕਹਿੰਦੇ ਉਲਟਾ। ਇਹ ਨਹੀਂ ਕਿ ਉਹ ਮਾਇਆ ਤੋਂ ਰਹਿਤ ਹੋ ਗਿਆ ਤੇ ਫਲਾਣਾ ਜਿਹੜਾ ਇਹਨਾਂ ਖੱਤਰੀਆਂ ਨੇ ਕੀਤਾ ਹੈ ਟੀਕਾ, ਵੀ ਉਹ ਜੀ ਉਹ ਮਾਇਆ ਤੋਂ ਰਹਿਤ ਹੋ ਗਿਆ ਤੇ ਆਹ ਹੋ ਗਿਆ ਉਹ ਹੋ ਗਿਆ, ਗਲਤ ਹੈਗਾ। ਤੇ ਦੂਜਾ ਪੰਥ ਹੈਗਾ ਸਿੱਖ ਹੈਗਾ, ਤੀਜਾ ਪੰਥ ਖਾਲਸਾ ਹੈਗਾ। ਜਿਹੜੀ ਚੀਜ਼ ਸਿੱਖ ਨੇ ਕਰਨੀ ਖਾਲਸੇ ਨੇ ਉਲਟ ਕਰਨੀ ਹੈਗੀ। ਭਾਈ ਕਨ੍ਹਈਆ ਜੀ ਸਿੱਖ ਸਨ, ਉਹ ਸੇਵਾ ਕਰ ਰਹੇ ਸੀਗੇ, ਉਹਨਾਂ ਨੂੰ ਕੋਈ ਬਗਾਨਾ ਨਹੀਂ ਸੀ, ਉਹਨੇ ਸਾਰਿਆਂ 'ਚ ਪਾਰ ਬ੍ਰਹਮ ਦੀ ਰੂਹ ਸੀ ਨਜ਼ਰ ਆਉਂਦੀ, ਬਗੈਰ ਵਿਤਕਰੇ ਦੇ ਉਹ ਹਰ ਇੱਕ ਦੀ ਮਲਮ ਪੱਟੀ ਤੇ ਉਹਨਾਂ ਨੂੰ ਪਾਣੀ ਪਿਲਾਉਂਦੇ ਸੀਗੇ। ਤੇ ਵਿੱਚੋਂ ਜਿਹੜੇ ਖਾਲਸੇ ਸੀਗੇ ਉਹ ਚਲੇ ਗਏ ਆਪਣੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਕੋਲ, ਵੀ ਉੱਥੇ ਤਾਂ ਜੀ ਉਹ ਇਸੀ ਮਾਰੀ ਜਾਣ, ਉਹਨਾਂ ਨੂੰ ਉਹਨਾਂ ਦੀ ਮਲਮ ਪੱਟੀ ਕਰੀ ਜਾਂਦਾ, ਉਹ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਬੁਲਾਇਆ ਉਹਨੂੰ ਭਾਈ ਕਨ੍ਹਈਆ ਜੀ ਨੂੰ, ਤੇ ਉਹ ਕਹਿੰਦਾ ਜੀ ਮੈਨੂੰ ਤਾਂ ਸਾਰਾ ਉਹਨਾਂ ਉਹਦਾ ਰੂਪ ਉੱਧਰ ਨਜ਼ਰ ਆਉਂਦਾ ਹੈਗਾ, ਤੇ ਸੱਚੇ ਪਾਤਸ਼ਾਹ ਜਾਣਦੇ ਸਨ। ਉਹਨਾਂ ਨੇ ਫਿਰ ਉਹਨੂੰ ਮਲਮ ਪੱਟੀ ਦਿੱਤੀ ਵੀ ਆਹ ਲੈ, ਆਹ ਦਿਆ ਕਰ, ਲਾਇਆ ਕਰ, ਉਹਨਾਂ ਦੇ ਜ਼ਖਮ ਛੇਤੀ ਤਿਆਰ ਹੋ ਜਾਣਗੇ, ਠੀਕ ਹੋ ਜਾਣਗੇ। ਯਾਨੀ ਕਿ ਸਿੱਖ ਦਾ ਹੈਗਾ ਕੰਮ ਸੇਵਾ, ਕਿਸੇ ਨੂੰ ਮਾਰਨਾ ਨਹੀਂ ਹੈਗਾ। ਖਾਲਸੇ ਦਾ ਕੰਮ ਹੈਗਾ ਉਲਟਾ ਮਾਰਨਾ ਹੈਗਾ ਦੁਸ਼ਮਣ ਨੂੰ, ਜਿਹੜਾ ਕਿ ਮੂੰਹ ਨਾਲ ਨਹੀਂ ਨਾ ਸਮਝਿਆ ਉਹਨੂੰ ਜੁੱਤੀ ਨਾਲ ਸਮਝਾਉਣਾ। ਤੇ ਇਸੇ ਦਾ ਚੌਥਾ ਪੰਥ ਹੈਗਾ ਨਿਰਮੁਡੇ ਸੰਤਾਂ ਦਾ, ਉੱਥੇ ਫਿਰ ਹੋ ਜਾਂਦਾ ਉਲਟਾ। ਖਾਲਸਾ ਚਲਾਉਂਦਾ ਹੈਗਾ ਲੋਹੇ ਦਾ ਖੰਡਾ, ਉਹ ਚਲਾਉਂਦੇ ਨਾਮ ਦਾ ਖੰਡਾ, ਤੇ ਉਲਟਾ। ਇਸ ਕਰਕੇ ਸਿੱਖ ਤੇ ਨਿਰਮੁਡੇ ਸੰਤਾਂ ਦਾ ਕਰੂੜਾ ਰਲਦਾ ਹੈਗਾ, ਉਹਨਾਂ ਦੀ ਕੰਪੈਟੇਬਿਲਿਟੀ ਹੈਗੀ। ਹਿੰਦੂ ਤੇ ਖਾਲਸੇ ਦਾ ਰਲਦਾ ਹੈਗਾ। ਇਸ ਕਰਕੇ ਜਦੋਂ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਭਰਤੀ ਲਈ ਆਪਣੀ ਜਾਨ ਖਾਲਸੇ ਕਰਦੇ ਸੀ ਨਾ, ਉਦੋਂ ਮੰਦਰਾਂ 'ਚ ਜਾਂਦੇ ਸੀ, ਸ਼ਿਵ ਦੇ ਮੰਦਰਾਂ 'ਚ ਖਾਸ ਕਰਕੇ, ਦੇ ਸ਼ਿਵਾ ਵਰ ਮੋਹੇ, ਵੀ ਮੈਨੂੰ ਲਿਆ ਆਦਮੀ ਦੇ ਤੇ ਉਹਨਾਂ ਨਾਲ ਮੈਂ ਲੜਾਂ, ਦੇ ਸ਼ਿਵ ਸ਼ਿਵਾ ਵਰ ਮੋਹੇ। ਤੇ ਇਹਦਾ ਸਾਰੀ ਜਿਹੜੀ ਜਾਣਕਾਰੀ ਹੈਗੀ ਇਹ ਮੇਰੀ ਕਿਤਾਬ ਹੈਗੀ ਕੱਖ ਹੋਣੇ ਲੱਖ, ਉਹਦੇ 'ਚ ਤੁਹਾਨੂੰ ਮਿਲ ਜਾਏਗੀ। ਤੇ ਉਹਦੀ ਰਿਵੀਜ਼ਨ ਕਰਨੀ ਜੇ ਕਿਸੇ ਨੇ ਕੋਈ ਹੈ ਤੇ ਕਰਨਾ ਚਾਹੁੰਦਾ ਤੇ ਬੜੀ ਚੰਗੀ ਗੱਲ ਹੋਏਗੀ। ਤੇ ਇਸ ਕਰਕੇ ਜੀਜੇ ਦਾ ਜਿਹੜਾ ਸੀਗਾ ਹੀਬਰੂ ਨੇਮ ਉਹ ਹੈਗਾ ਯੈਸ਼ਵਾ, ਉਹ ਦੋ ਅਰਥਾਂ ਦਾ ਬਣਿਆ ਹੋਇਆ, ਯੈ ਫਰਮ ਯਾਵੇ ਤੇ ਸ਼ਿਵਾ ਔਰ ਸ਼ਿਵਾ ਮੀਨ ਦੀ ਪ੍ਰਾਈਮਲ ਐਡਮ ਮਹਾਦੇਵ ਸ਼ਿਵਾ। ਤੇ ਇਸ ਕਰਕੇ ਜੀਜੇ ਜਿਹੜਾ ਸੀਗਾ ਉਹ ਕਿਸੇ ਟ੍ਰਾਈਬਲ ਆਦਮੀ ਦਾ ਨਹੀਂ ਸੀ ਪੈਦਾ ਕੀਤਾ ਹੋਇਆ, ਉਹਦਾ ਜਿਹੜਾ ਪਿਓ ਸੀਗਾ ਉਹ ਯਾਵੇ ਸੀਗਾ, ਬ੍ਰਹਮਾ ਸੀਗਾ, ਜਿਹੜਾ ਕਿ ਸ੍ਰਿਸ਼ਟੀ ਦਾ ਮਾਲਕ ਹੈਗਾ ਸਾਰੀ ਦਾ, ਨੇਚਰ ਦਾ। ਤੇ ਇਹ ਵੀ ਇੱਕ ਸਬੂਤ ਹੈਗਾ ਕਿ ਉਹਦਾ ਜਿਹੜਾ ਨਾਂ ਸੀ ਯੈਸ਼ਵਾ, ਉਹ ਵੀ ਦੱਸਦਾ ਹੈਗਾ ਵੀ ਉਹਦਾ ਜਿਹੜਾ ਪਿਓ ਸੀਗਾ ਉਹ ਯਾਵੇ ਸੀਗਾ, ਕੋਈ ਕਬੀਲੇ ਦਾ ਆਦਮੀ ਨਹੀਂ ਸੀਗਾ, ਟ੍ਰਾਈਬਲ ਆਦਮੀ ਨਹੀਂ ਸੀਗਾ। ਤੇ ਫਿਰ ਜਦੋਂ ਉਹਨੂੰ ਮਾਰਿਆ ਸੀਗਾ
ਮਾਰਨ ਤੋਂ ਬਾਅਦ ਉਹਨੂੰ ਬਰੀਅਲ ਚੈਂਬਰ ਵਿੱਚ ਉਹਨੂੰ ਰੱਖਿਆ ਗਿਆ। ਜਦੋਂ ਬਰੀਅਲ ਚੈਂਬਰ ਸੀਗਾ, ਇੱਕ ਆਦਮੀ ਨੇ ਨਵਾਂ ਨਵਾਂ ਤਿਆਰ ਕੀਤਾ ਸੀਗਾ, ਉਹਦੇ ਚ ਇੱਥੇ ਕੋਈ ਆਦਮੀ ਨਹੀਂ ਸੀ ਵਿੱਚ ਪਾਇਆ। ਤੇ ਜੀਜੇ ਸੀਗਾ ਜਿਹੜਾ ਪਹਿਲਾਂ ਉਹਦੇ ਚ ਜਾ ਕੇ ਉਹਦੇ ਚ ਉਹਨੂੰ ਪਾਇਆ ਬਰੀਅਲ ਚੈਂਬਰ ਵਿੱਚ। ਤੇ ਇਹ ਵੀ ਇੱਕ ਸਬੂਤ ਹੈਗਾ ਕਿ ਉਹ ਸੈਕਿੰਡ ਐਟਮ ਸੀਗਾ, ਉਹਦੇ ਕੋਈ ਦੁਨੀਆ ਨਾਲ ਤੁਲਕ ਨਹੀਂ ਸੀਗਾ। ਜੇ ਤੁਲਕ ਹੁੰਦਾ ਤੇ ਉਹਦੇ ਉਸ ਬਰੀਅਲ ਚੈਂਬਰ ਵਿੱਚ ਪਾਉਣਾ ਜਿੱਥੇ ਪਹਿਲਾਂ ਉਹਦੇ ਪਿਓ ਦਾਦੇ ਦਬਾਏ ਪਾਉਂਦੇ ਸੀਗੇ। ਤੇ ਇਹ ਵੀ ਇੱਕ ਪ੍ਰੂਫ ਹੈਗਾ ਕਿ ਉਹਦਾ ਦੁਨਿਆਵੀ ਕੋਈ ਪਿਓ ਨਹੀਂ ਸੀਗਾ। ਤੇ ਜਦੋਂ ਉਹਨੂੰ ਪਾਇਆ ਸੀ ਤਾਂ ਦੋ ਦਿਨ ਤਿੰਨ ਦਿਨ ਰੱਖਿਆ ਜਿਹੜਾ ਸੀਗਾ, ਉਦੋਂ ਹੋ ਗਿਆ, ਉਦੋਂ ਸਾਬਤ ਸੀਗਾ। ਤੇ ਉਦੋਂ ਲੋਕੀ ਕੰਮ ਨਹੀਂ ਕਰਦੇ, ਲੋਕੀ ਉਹ ਜਿਹੜੇ ਸੀ ਰੱਬ ਆਈ ਸਾਬਤ ਸਾਰੇ ਦਿਨ ਤਾਂ ਤੁਸੀਂ ਪਰਮਾਤਮਾ ਦਾ ਕੰਮ ਕਰਨਾ, ਫਿਲਨਥਰੋਪੀ ਯਾਨੀ ਪਰਉਪਕਾਰੀ ਕੰਮ ਕਰੀਦੇ ਸਾਬਤ ਸਾਰੇ ਦਿਨ, ਕਿਸੇ ਤੋਂ ਪੈਸਾ ਨਹੀਂ ਲਈਦਾ, ਕਿਉਂ ਪਾਰ ਬ੍ਰਹਮ ਜਿਹੜਾ ਪੈਸੇ ਤੋਂ ਰਹਿਤ ਹੈਗਾ। ਪਾਰ ਬ੍ਰਹਮ ਦਾ ਜਦੋਂ ਕੰਮ ਕਰੋ ਤੇ ਉਦੋਂ ਹੁੰਦਾ ਪਰਉਪਕਾਰੀ ਹੁੰਦਾ ਹੈ, ਖਾਲਸਾ ਪਰਉਪਕਾਰੀ ਰੂਪ ਹੈਗਾ। ਨਿਰਮਲ ਸੰਤ ਪਰਉਪਕਾਰੀ ਹੁੰਦੇ ਸੀਗੇ। ਇਹ ਜਿਹੜੇ ਨਿਰਮਲ ਸੰਤ ਪੈਸੇ ਲੈਂਦੇ, ਨਿਰਮਲ ਸੰਤ ਨਹੀਂ ਹੈਗੇ, ਇੱਕ ਸੰਤ ਹੈਗੇ ਨੇ। ਇਹਨਾਂ ਤੋਂ ਬਚ ਕੇ ਰਹੋ, ਚਿੱਟੀਆਂ ਚਿੱਟੀਆਂ ਪਾ ਕੇ ਤੇ ਲੋਕਾਂ ਤੋਂ ਪੈਸੇ ਲੈ ਕੇ ਤੇ ਮੋਢੇ ਚ ਪਾ ਕੇ ਤੁਰ ਪੈਂਦੇ ਨੇ, ਇੱਕ ਸੰਤ ਹੈਗੇ ਨੇ। ਤੇ ਆਪਣੇ ਇਹ ਜਿਹੜਾ ਸਮਾਂ ਹੈਗਾ ਸੁਰਤੀ ਵਾਲਾ ਗਾ, ਪਵਨ ਆਰੰਭ ਸਤਿਗੁਰੂ ਮਤ ਵੇਲਾ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਸੁਰਤ ਜਿਹੜੀ ਹੈ ਉਹ ਹੋਣੀ ਚਾਹੀਦੀ, ਸੁਰਤੀ। ਸੁਰਤੀ ਨੂੰ ਕਹਿੰਦੇ ਹੋਲੀ ਸਪਿਰਿਟ, ਕਾਮਨ ਸੈਂਸ। ਹੋਲੀ ਸਪਿਰਿਟ ਕਾਮਨ ਸੈਂਸ ਸ਼ੈਟਰਸ ਦੀ ਫੈਟਰਸ ਆਫ ਦੀ ਲੈਟਰਸ, ਕਿਤਾਬਾਂ ਦਾ ਸਾਰੀ ਜਿਹੜਾ ਉਹਨਾਂ ਨੂੰ ਪਰੇ ਛੱਡਦੀ ਹੈ, ਯਾਨੀ ਕਿ ਤੁਹਾਨੂੰ ਕਿਤਾਬਾਂ ਤੋਂ ਫ੍ਰੀ ਬਣਾਉਂਦੀ ਹੈਗੀ। ਸਾਰੀਆਂ ਜਿਹੜੀਆਂ ਗੋਸਪਲ ਜਿਹੜਾ ਦਿਲ ਤੇ ਲਿਖਿਆ ਜਾਂਦਾ, ਕਿਤਾਬਾਂ 'ਚ ਨਹੀਂ ਮਿਲਦਾ। ਤੇ ਇਸ ਕਰਕੇ ਜੀਜੇ ਨੂੰ ਜਦੋਂ ਫਿਰ ਉਹ ਤੀਜੇ ਦਿਨ ਉਹਨਾਂ ਨੇ ਖੋਲਿਆ ਨਾ ਉਹਦਾ ਦਰਵਾਜ਼ਾ ਤੇ ਕੁਛ ਨਹੀਂ ਮਿਲਿਆ, ਕਿਉਂ ਉਹ ਸੈਕਿੰਡ ਐਡਮ ਸੀਗਾ। ਆਹ ਜਿਹੜੀ ਸੀਗੀ ਧਰਤੀ, ਇਹ ਪਹਿਲੇ ਆਦਮ ਦੀ ਹੈਗੀ। ਇਸ ਕਰਕੇ ਜੀਜੇ ਜਦੋਂ ਪ੍ਰਚਾਰ ਕਰਦਾ ਸੀ ਨਾ, ਜਦੋਂ ਆਪਣੇ ਪੈਦਾ ਹੋਇਆ ਉਦੋਂ 20-30 ਸਾਲ ਦਾ ਜੀ, ਜਦੋਂ ਉਹਨੇ ਫਿਰ ਘਰ ਬਾਰ ਛੱਡ ਦਿੱਤਾ ਸੀਗਾ। 30 ਸਾਲ ਦਾ ਜਿਹੜੇ ਉਹਨੇ ਖਾਧਾ ਸੀ ਨਾ ਉਹਨਾਂ ਦੇ ਘਰ, ਉਹਦੇ ਉਹਨੇ ਕੰਮ ਕਰਕੇ ਉਹਨਾਂ ਨੂੰ ਨਿਪਟਾ ਦਿੱਤਾ, ਵੀ ਉਹਨਾਂ ਦਾ ਕੋਈ ਉਹਨੇ ਦੇਣਾ ਨਹੀਂ ਸੀਗਾ। ਫਿਰ ਉਹਨੇ ਆਪਣਾ ਪ੍ਰਚਾਰ ਸ਼ੁਰੂ ਕੀਤਾ। ਤੇ ਪਹਿਲਾਂ ਉਹਨੇ ਗਿਆ ਸੀ, ਜਿੱਦਾਂ ਉਹਨੇ ਰਾਹ ਬਣਾਉਣਾ ਬਾਕੀ ਦੇ ਲੋਕ ਵੀ ਜਿਹੜੇ ਦੂਜੇ ਵੀ ਸੀਗੇ ਉਹ ਵੀ ਕਰਦੇ ਸੀ, ਉਸੇ ਤਰ੍ਹਾਂ ਉਹਦੀ ਸੁੰਨਤ ਵੀ ਹੋਈ ਸੀਗੀ। ਜਦੋਂ ਉਹਨੂੰ ਪੈਦਾ ਹੋਇਆ ਸੀ, 7ਵੇਂ ਦਿਨ ਉਹਨੂੰ ਲੈ ਕੇ ਗਏ ਸੀ ਮੰਦਰ ਵਿੱਚ ਸੁੰਨਤ ਲਈ। ਸੁੰਨਤ ਜਿਹੜੀ ਹੈਗੀ ਟ੍ਰਾਈਬਲ ਮਾਰਕ ਹੈਗਾ ਇਬਰਾਹਿਮ ਦਾ, ਆਈਜਕ ਨੂੰ। ਆਈਜਕ ਦੇ ਮੁੰਡੇ ਹੀ ਸਿਰਫ ਕਰ ਸਕਦੇ, ਹੋਰ ਨਹੀਂ ਕੋਈ ਕਰ ਸਕਦਾ। ਹੋਰ ਕਰੇਗਾ ਤਾਂ ਆਪਣਾ ਪਿਓ ਬਦਲੇਗਾ, ਜਿੱਦਾਂ ਮੁਹੰਮਦਨ ਹੈਗੇ ਨੇ ਸੁੱਤੀ ਕਰਦੇ ਨੇ ਆਪਣੀ ਸੁੰਨਤ। ਇਹ ਸੁੰਨਤ ਜਿਹੜੀ ਹੈਗੀ ਇਹ ਇਹਨਾਂ ਨੂੰ ਹਰਾਮੀ ਬਣਾਉਂਦੀ ਹੈਗੀ। ਕਾਬਾ ਜਾਂਦੇ ਨੇ ਉਹ ਬੱਚਿਆਂ ਲਈ ਹੁੰਦਾ ਸੀ, 12-16 ਸਾਲ ਦੇ ਮੁੰਡਿਆਂ ਲਈ। ਉਹ ਕਾਬੇ ਨੂੰ ਸੱਜੀ ਹੱਥ ਰੱਖਦੇ ਸੀ ਵੀ ਅਸੀਂ ਆਪਣੇ ਪਿਓ ਦੇ ਆਦਮ ਦਾ ਪੁੱਤਰ ਬਣਨਾ ਹੈਗਾ। ਇਹ ਜਾਂਦੇ ਨੇ, ਇਹ ਕਹਿੰਦੇ ਬਾ ਇਲਾ ਮੈਂ ਨਾ ਵੀ ਅਸੀਂ ਬ੍ਰਹਮਾ ਦੇ ਪੁੱਤਰ ਹੈਗੇ ਆ ਜਾਂ ਖੁਦਾ ਦੇ ਪੁੱਤਰ ਹੈਗੇ ਆ। ਇਹ ਜਾਂਦੇ ਨੇ ਅੱਜ ਖੱਬੇ ਹੱਥ ਰੱਖ ਕੇ ਆਉਂਦੇ ਨੇ ਉਹਨੂੰ, ਯਾਨੀ ਕਿ ਆਪਣਾ ਪਿਓ ਛੱਡ ਕੇ ਆਉਂਦੇ ਨੇ। ਘਰੋਂ ਤੁਰਦੇ ਨੇ, ਪਿਓ ਵਾਲੇ ਹੁੰਦੇ ਨੇ ਵੀ ਮੈਂ ਜੱਟ ਦਾ ਪੁੱਤਰ ਹੈਗਾ, ਕੋਈ ਪਠਾਨ ਦਾ, ਖੱਤਰੀ ਰੋੜਾ, ਕੋਈ ਕੁਛ ਵੀ ਹੋਇਆ। ਕਾਬਾ ਜਾਂਦੇ ਨੇ ਖੱਬੇ ਹੱਥ ਰੱਖ ਕੇ ਲਾ ਇਲਾ ਕਰਕੇ ਆਉਂਦੇ। ਲਾ ਇਲਾ ਮਤਲਬ ਅਸੀਂ ਛੱਡ ਦਿੱਤਾ ਆਪਣਾ ਦੁਨਿਆਵੀ ਪਿਓ। ਉੱਥੇ ਦਾ ਜਿਹੜਾ ਮੁੱਲਾ ਹੈਗਾ ਕਹਿੰਦਾ ਹੁਣ ਨਾ ਤੁਸੀਂ ਆਪਣਾ ਗੋਤ ਲਿਖਿਆ ਜੇ, ਹੁਣ ਤੁਸੀਂ ਸਿਰਫ ਆਪਣਾ ਮੁਹੰਮਦ ਅਲੀ ਜਾਂ ਕੁਛ ਇੱਦਾਂ ਲਿਖਣਾ। ਇਹ ਬਾਹਲੇ ਜਿਹੜੇ ਨੇ ਹਰ ਪੁਸ਼ਟ ਦਰ ਪੁਸ਼ਟ ਹੀ ਆਪਣਾ ਬਦਲਦੇ ਰਹਿੰਦੇ ਨੇ। ਇਹ ਪੱਕੇ ਹਰਾਮੀ ਹੈਗੇ ਨੇ ਮੁਹੰਮਦਨ।
ਤੇ ਉੱਥੇ ਆਪਣਾ ਪਿਓ ਛੱਡ ਕੇ ਆ ਜਾਂਦੇ ਨੇ ਕਿਉਂਕਿ ਹੱਜ ਕਰਕੇ ਆਇਆ। ਭਗਤ ਕਬੀਰ ਜੀ ਨੂੰ ਵੀ ਕਹਿੰਦਾ ਨਾ ਇੱਕ ਕਾਜੀ ਵੀ ਤੂੰ ਵੀ ਮੁਸਲਮਾਨ ਹੈਗਾ, ਤੈਨੂੰ ਵੀ ਹੱਜ ਲੈ ਚੱਲਾਂ ਮੈਂ। ਤੇ ਉਹ ਕਬੀਰ ਜੀ ਕਹਿੰਦਾ ਮੈਂ ਆਪਣੇ ਆਪਣੇ ਸਾਈ ਨੂੰ ਪੁੱਛਿਆ ਸੀ, ਉਹ ਕਹਿੰਦਾ ਕਮਲਿਆ ਕਬੀਰਾ ਕਿੱਧਰ ਜਾਣਾ ਤੂੰ, ਤੇਰੇ ਲਈ ਨਹੀਂ ਹੈਗਾ ਇਹ ਹੱਜ। ਉਹਨੇ ਉਹਦਾ ਤਾਂ ਦੱਸਿਆ ਨੀ ਵੀ ਇਹ ਮਤਲਬ ਹੁੰਦਾ ਵੀ ਉੱਥੇ ਤੁਸੀਂ ਲਾ ਇਲਾ ਕਰਕੇ ਆਉਂਦੇ ਹੋ ਤੇ ਪਿਓ ਛੱਡ ਆਉਂਦੇ। ਉਹ ਕਹਿੰਦਾ ਇਹ ਤੇਰੇ ਲਈ ਨੀ ਕਬੀਰਾ, ਤੇਰੇ ਲਈ ਨਹੀਂ ਹੈਗਾ ਇਹ ਹੱਜ। ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸੁਰਤੀ ਨਾਲ ਮਿਲਣਗੀਆਂ ਤਾਂ ਤੁਹਾਨੂੰ ਮਜ਼ਾ ਆਏਗਾ। ਇਹ ਸਿਰਫ ਜੱਟ ਹੀ ਪ੍ਰਚਾਰ ਕਰ ਸਕਦੇ, ਹੋਰ ਨਹੀਂ ਕੋਈ ਕਰ ਸਕਦਾ। ਖੱਤਰੀ ਨਹੀਂ ਕਰ ਸਕਦੇ, ਖੱਤਰੀ ਹੈਗੇ ਪੈਸਾ। ਪੈਸਾ ਲੈਣਾ ਤਾਂ ਮਿੱਠਾ ਮਿੱਠਾ ਬੋਲੋ, ਮਿੱਠਾ ਹੁੰਦਾ ਕੂੜ, ਕੂੜ ਮਿੱਠਾ ਮਾਥਿਓ ਮਿੱਠਾ, ਕੂੜ ਡੋਬੇ ਕੂੜ। ਜਿੱਦਾਂ 1947 ਚ ਡੋਬੇ ਨੇ ਤੇ 1988 ਚ ਇੱਕ ਦੂਜੇ ਨੂੰ ਮਾਰ ਕੇ ਕਿੰਨੇ ਮਰੇ ਨੇ ਲੋਕੀ, ਇਹ ਕੂੜ ਦੇ ਡੁੱਬੇ ਹੋਏ ਨੇ। ਹੁਣ ਵੀ ਜਿਹੜਾ ਸਿੱਖ ਕੌਮ ਦਾ ਪ੍ਰਚਾਰ ਕਰਦੇ ਆ ਕੇ ਗੁਰਦੁਆਰਿਆਂ ਚ, ਇਹ ਹੁਣ ਕੂੜ ਬੋਲਦੇ ਨਾ, ਹੁਣ ਵੀ ਦੇਖਿਆ ਜੀ ਤੁਸੀਂ ਕਿੱਦਾਂ ਮਰਦੇ ਹੋ। 1947 ਨਾਲ ਵੀ ਜ਼ਿਆਦਾ ਮਰਨਗੇ। ਹੁਣ ਇੰਡੀਆ ਪਾਕਿਸਤਾਨ ਲੜਾਈ ਲੱਗੇਗੀ, ਜਿੱਦਾਂ ਲਿਖਿਆ ਮਾਝਾ ਮੈਦਾ ਦੁਆਬਾ ਤਲੀਆ ਮਾਲਵਾ ਦੋ ਫਾੜੇ ਹੋ ਕੇ ਰਹਿਣਾ। ਕਿ ਜਿਹੜੇ ਮਾਝੇ ਦੇ ਲੋਕ ਹੈਗੇ ਨੇ ਉਹ ਆਪਣਾ ਪਿਓ ਛੱਡ ਕੇ ਬੈਠ ਗਏ ਨੇ ਬਿਲਕੁਲ ਹੀ। ਜਿਹੜੇ ਜੱਟ ਸੀਗੇ ਆਪਣੇ ਆਪ ਨੂੰ ਸਿੱਖਾਂ ਦੇ ਘਰ ਕਲਾਉਣ ਲੱਗ ਪਏ, ਸਿੱਖ ਕਲਾਉਣ ਲੱਗ ਪਏ। ਜਿਹੜੇ ਚੂੜੇ ਚਮਾਰ ਸੀਗੇ, ਜਿਹੜੇ ਕੰਮੀ ਸੀ, ਉਹਨਾਂ ਨੇ ਕਹਿੰਦੇ ਇਹ ਜੱਟ ਹੈਗੇ ਨੇ, ਇਹ ਜੱਟ ਹੈਗੇ, ਇਸੇ ਲਈ ਜੱਟ। ਜਿਹੜੇ ਆਪਣਾ ਪਿਓ ਹੀ ਛੱਡ ਕੇ ਬਹਿ ਗਏ ਨੇ, ਜਿਹੜਾ ਪਿਓ ਛੱਡ ਕੇ ਬਹਿ ਜਾਂਦੇ, ਜਿਹੜਾ ਬ੍ਰਹਮਾ ਹੈਗਾ ਉਹਨੇ ਰਾਖੀ ਉਹਦੀ ਕਰਨੀ, ਜਿਹੜੇ ਉਹਦੇ ਪੁੱਤਰ ਹੈਗੇ ਨੇ। ਜਦੋਂ ਬ੍ਰਹਮਾ ਕੇ ਪੁੱਤਰ ਨਹੀਂ ਬਣੇ ਨਾ ਉਹਨਾਂ ਨੂੰ ਬਾਣੀ ਸਮਝ ਆਉਣੀ ਤੇ ਨਾ ਹੀ ਉਹ ਕਿਸੇ ਦੀ ਹਿਫਾਜ਼ਤ ਹੋਣੀ। ਇਹ ਮਰਨਗੇ ਮੈਦਾ ਇਹਨਾਂ ਦਾ ਹੋਣਾ, ਮਾਝਾ ਮੈਦਾ। ਇਸ ਕਰਕੇ ਦੁਆਬੇ ਚ ਹੈਗਾ ਥੋੜਾ ਥੋੜਾ, ਜੇ ਮਾਲਵੇ ਚ ਉਹਦੇ ਨਾਲ ਜ਼ਿਆਦਾ ਹੈਗਾ। ਹਰਿਆਣੇ ਚ ਤਾਂ ਜੱਟ ਆਪਣੇ ਆਪ ਨੂੰ ਜੱਟ ਕਹਿੰਦੇ ਨੇ, ਉੱਥੇ ਨੀ ਇੰਨੀ ਇੰਨਾ ਨੁਕਸਾਨ ਹੋਣਾ। ਇਸ ਸਾਰਿਆਂ ਨਾਲ ਜ਼ਿਆਦਾ ਨੁਕਸਾਨ ਮਾਝੇ ਚ ਹੋਏਗਾ, ਫਿਰ ਦੁਆਬਾ ਦਲੀਆ ਤੇ ਮਾਲਵਾ ਦੋ ਪਾੜ, ਤੇ ਜਿਹੜਾ ਸੀਗਾ ਆਪਣੇ ਹਰਿਆਣਾ ਇਹ ਬਚੇਗਾ। ਕਿਉਂ ਇਹਦੇ ਚ ਆਪਣੇ ਪਿਓ ਦੇ ਬਣੇ ਹੋਏ ਲੋਕੀ, ਇਹ ਧਰਤੀ ਪਿਓ ਦੇ ਬ੍ਰਹਮਾ ਦੇ ਪੁੱਤਰਾਂ ਦੀ ਹੈਗੀ। ਜਿਹੜਾ ਬ੍ਰਹਮਾ ਦਾ ਪੁੱਤਰ ਰਹੂਗਾ ਉਹ ਵੀ ਬਚੇਗਾ। ਤੇ ਤੁਸੀਂ ਦੇਖੋਗੇ ਕਿ ਇੱਥੇ ਬ੍ਰਾਜ਼ੀਲ ਦੇ ਜੰਗਲਾਂ ਚ ਉੱਥੇ ਵੀ ਉਹਨਾਂ ਦੇ ਮੂੰਹ ਤੇ ਟ੍ਰਾਈਬਲ ਮਾਰਕ ਲੱਗੇ ਹੋਏ ਨੇ, ਆਪਣੇ ਪਿਓ ਦੇ ਬਣੇ ਹੋਏ ਨੇ। ਮੈਂ ਗਾਣਾ ਰਿਹਾ ਉੱਥੇ ਵੀ ਟ੍ਰਾਈਬਲ ਮਾਰਕ ਲੱਗੇ ਹੋਏ ਨੇ। ਉੱਥੇ ਦੇ ਲੋਕ ਬਚਣਗੇ, ਕਾਲੇ ਬਚਣਗੇ, ਤੇ ਉੱਥੇ ਬ੍ਰਾਜ਼ੀਲ ਦੇ ਲੋਕ ਬਚਣਗੇ, ਉਹ ਏਰੀਅਨ ਨਸਲ ਦੇ ਹੈਗੇ ਨੇ। ਫਿਰ ਇਹ ਦੁਬਾਰਾ ਸ੍ਰਿਸ਼ਟੀ ਬਣੇਗੀ, ਐਟੋਮਿਕ ਵਾਰ। ਐਟੋਮਿਕ ਵਾਰ ਲੱਗੇਗੀ 14 May 2023 ਨੂੰ, ਜਦੋਂ ਇਜ਼ਰਾਈਲ 75 ਸਾਲ ਦਾ ਹੋਇਆ। ਇਜ਼ਰਾਈਲ ਖਾਸ ਹੈਗੇ ਨੇ ਉਹ ਲੋਕ, ਡੈਮੋਨਸਟ੍ਰੇਸ਼ਨ ਨੇਸ਼ਨ ਹੈਗੀ। ਇਬਰਾਹਿਮ ਜਿਹੜਾ ਸੀਗਾ, ਐਡਮ ਸੀ, ਸਾਰਾ ਈਵ ਸੀਗਾ, ਜਿਹੜੀ ਪ੍ਰੋਮਿਸ ਲੈਂਡ ਹੈਗੀ, ਗਾਰਡਨ ਆਫ ਈਡਨ ਹੈਗੀ, ਇਹਦੇ ਰਾਹੀਂ ਤੁਹਾਨੂੰ ਸਾਰੇ ਮੋਰਲ ਲਾਅ ਸਮਝਾਏ ਨੇ ਉਹਨਾਂ ਨੇ, ਪ੍ਰੈਕਟੀਕਲ ਡੈਮੋਨਸਟ੍ਰੇਸ਼ਨ ਦੇ ਕੇ। ਹੋਲੋਕਾਸਟ ਹੋਇਆ ਜਰਮਨੀ 'ਚ, ਜਦੋਂ ਜਰਮਨ ਜਰਮਨ ਸੀਗੇ, ਜਦੋਂ ਇੰਗਲੈਂਡ 'ਚ ਇੰਗਲਿਸ਼ ਸੀਗੇ, ਆ ਲੇਬਰ ਕੰਜ਼ਰਵੇਟਿਵ ਵਗੈਰਾ ਪਾਰਟੀ ਨਹੀਂ ਸੀਗੀ ਨਾ, ਇੰਗਲਿਸ਼ ਸੀਗੇ। ਇਹਨਾਂ ਨੇ ਵੀ 1600 'ਚ ਮਾਰੇ ਸੀਗੇ ਜੀ। ਇੱਦਾਂ ਹੀ ਜਦੋਂ ਜਰਮਨ ਜਰਮਨ ਬਣ ਗਿਆ ਨਾ 1933 ਦੇ ਵਿੱਚ, ਜਦੋਂ ਮੈਂ ਪੈਦਾ ਹੋਇਆ, ਉਦੋਂ ਇਹਨਾਂ ਨੇ ਜੂ ਮਾਰੇ ਸੀਗੇ। ਇਹ ਨੈਚੁਰਲ ਹੈਗਾ। ਇੱਕੋ ਹੀ ਜਿਹੜਾ ਹੇਵਨ ਸੀ ਇਹਨਾਂ ਦੀ, ਉਹ ਅਮੈਰੀਕਾ ਸੀਗਾ। ਉੱਥੇ ਕਿਸੇ ਦੀ ਮੈਜੋਰਿਟੀ ਨਹੀਂ ਸੀ। ਜਰਮਨ ਵੀ ਗਏ ਜੀ, ਫ੍ਰੈਂਚ ਵੀ ਗਏ, ਸਾਰੇ ਕੌਮਾਂ ਦੇ ਲੋਕ, ਸਾਰੇ ਮੁਲਕਾਂ ਦੀ ਕੌਮ ਗਏ, ਲੋਕਾਂ ਦੇ ਸੋਰੀ ਕੌਮਾਂ ਦੇ ਤੇ ਮੁਲਕਾਂ ਦੇ ਲੋਕ ਗਏ ਸੀ। ਉੱਥੇ ਇਹ ਉਹ ਫਿਰ ਪ੍ਰੋਸਪਰ ਹੋਏ। ਇਸ ਕਰਕੇ ਇਹਨਾਂ ਦਾ ਗੜ ਜਿਹੜਾ ਹੈਗਾ ਹੁਣ ਜ਼ਬਰਦਸਤ ਉਹ ਹੈਗਾ ਅਮੈਰੀਕਾ। ਦੋ ਚੀਜ਼ਾਂ ਨੇ ਪਰਮਾਤਮਾ 'ਚ, ਇੱਕ ਹੈਗਾ ਪੈਸਾ, ਇੱਕ ਹੈਗਾ ਉਹਦਾ ਨਾਮ। ਜੇ ਨਾਮ ਲੈਣਾ ਤੇ ਪੈਸਾ ਨਹੀਂ ਮਿਲਣਾ। ਨਿਰਮਿਲ ਸੰਤ ਪੈਸਾ ਨਹੀਂ ਆ, ਉਹ ਗੋਚੇ 'ਚ ਪਾਉਂਦੇ। ਜਿਹੜਾ ਨਿਰਮਿਲ ਸੰਤ ਪੈਸਾ ਪਾਏਗਾ ਉਹਨੂੰ ਨਾਮ ਨਹੀਂ ਮਿਲਣਾ। ਖਾਲਸੇ ਨੂੰ ਜਦੋਂ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਹਾਇਰ ਕੀਤੇ ਸੀ ਬਰਾੜ ਜੱਟ, ਤੇ ਉਹਨਾਂ ਨੂੰ ਉਹ ਆਪਣੀ ਲੜਾਈ ਲੜੀ ਜਿੱਤ ਗਏ।
ਤੇ ਉਹ ਕਹਿੰਦੇ ਸੀ ਉਹਦੇ ਘਰ ਨੂੰ ਜਾਣਾ ਸਾਨੂੰ ਪੈਸੇ ਦਿਓ ਉਹ ਕਹਿੰਦੇ ਵੀ ਪੈਸੇ ਤਾਂ ਹੈ ਨਹੀਂ ਬਿਲਕੁਲ ਉਹ ਆਊਗਾ ਕੋਈ ਸਿੱਖ ਲੈ ਕੇ ਆਊਗਾ ਤੇ ਮੈਂ ਦੇ ਦਿਆਂਗਾ ਨਹੀਂ ਜੀ ਸਾਨੂੰ ਤਾਂ ਚਾਹੀਦੇ ਹੁਣ ਉਹਨਾਂ ਨੇ ਘੋੜੇ ਦੀ ਲਗਾਮ ਪਕੜ ਲਈ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਇਹ ਤਾਂ ਪੈਸੇ ਲੈਣੇ ਨੇ ਤੇ ਫਿਰ ਉਹ ਆ ਗਿਆ ਸਿੱਖ ਆ ਗਿਆ ਪੈਸੇ ਲੈ ਕੇ ਫਿਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਕਿਹਾ ਵੀ ਜਿਹਨੇ ਪੈਸੇ ਲੈਣੇ ਨੇ ਉਹਨੂੰ ਅੰਮ੍ਰਿਤ ਨਹੀਂ ਮਿਲਣਾ ਜਿਹਨੇ ਅੰਮ੍ਰਿਤ ਛਕਣਾ ਉਹ ਪੈਸੇ ਨਹੀਂ ਲਵੇਗਾ ਜਿਹਨੇ ਪੈਸੇ ਲੈਣੇ ਨੇ ਉਹ ਪੈਸੇ ਮਿਲਣਗੇ ਉਹਨੂੰ ਅੰਮ੍ਰਿਤ ਨਹੀਂ ਮਿਲਣਾ ਵੀ ਚੁਟਈਆਂ ਨੇ ਫਿਰ ਅੰਮ੍ਰਿਤ ਛਕ ਲਿਆ ਪੈਸਾ ਨਹੀਂ ਲਿਆ ਉਹਨਾਂ ਨੇ ਜਿਹਨਾਂ ਨੇ ਪੈਸੇ ਲਏ ਉਹਨਾਂ ਨੂੰ ਅੰਮ੍ਰਿਤ ਨਹੀਂ ਛਕਾਇਆ ਤਾਂ ਉਹਨਾਂ ਨੇ ਜਾਓ ਕਰਨ ਜਾਣੀ ਖਾਲਸਾ ਜਿਹੜਾ ਹੁੰਦਾ ਇਹ ਮਾਇਆ ਤੋਂ ਰਹਿਤ ਹੁੰਦਾ ਹੈਗਾ ਆਹ ਜਿਹੜੇ ਨੇ ਆ ਜਾਂਦੇ ਘੋੜੇ ਗਾੜੇ ਲਈ ਫਿਰਦੇ ਨੇ ਇੱਧਰ ਉੱਧਰ ਇਹ ਖਾਲਸੇ ਨਹੀਂ ਇਹ ਗਧੇ ਖਾਲਸੇ ਹੈਗੇ ਨੇ ਲੋਕਾਂ ਨੂੰ ਲੁੱਟਦੇ ਨੇ ਇਹਨਾਂ ਦੀ ਬਹੁਤ ਬੁਰੀ ਦੁਰਖਸ਼ਤਾ ਹੋਏਗੀ ਲੋਕਾਂ ਨੂੰ ਹੋਸ਼ ਆ ਜਾਣੇ ਇਹਨਾਂ ਨੂੰ ਫਿਰ ਮਾਰਨਗੇ ਲੋਕ ਰੱਬ ਆਪੇ ਸਾਰਾ ਕੁਛ ਚੀਜ਼ ਕਰਾਉਂਦਾ ਹੈਗਾ ਅੱਛਾ ਹੁਣ ਆਪਾਂ ਚੜੀਏ ਉੱਥੇ ਆਪਣੇ ਵੀ ਇਸ ਕਰਕੇ ਜੀਰੀ ਦੀ ਜਿਹੜੀ ਬੋਡੀ ਸੀ ਨਾ ਉਹ ਗਾਇਬ ਹੋ ਗਈ ਸੀਗੀ ਜਾਣੀ ਕਿ ਆਦਮ ਦੀ ਸੀਗੀ ਉਹ ਜੀਰੀ ਜਦੋਂ ਪ੍ਰਚਾਰ ਕਰਦਾ ਸੀ ਕਹਿੰਦਾ ਕਹਿੰਦਾ ਜਿਹੜੇ ਗਿੱਦੜ ਹੈਗੇ ਨੇ ਉਹਨਾਂ ਦੇ ਤਾਂ ਹੋਲ ਹੈਗੇ ਨੇ ਉੱਥੇ ਜਾ ਕੇ ਉਹ ਆਪਣਾ ਬਹਿ ਜਾਂਦੇ ਨੇ ਲੁੱਕ ਕੇ ਬਹਿ ਉਹਨਾਂ ਘਰ ਹੈਗੇ ਨੇ ਵੀ ਗਿੱਦੜਾਂ ਦੇ ਜਾਨਵਰਾਂ ਦੇ ਘਰ ਹੈਗੇ ਨੇ ਸਨ ਆਫ ਮੈਨ ਹੈਜ਼ ਨੋ ਹੋਮ ਟੂ ਰੈਸਟ ਇਸ ਹੈਡ ਨੋ ਪਲੇਸ ਟੂ ਰੈਸਟ ਇਸ ਹੈਡ ਯਾਨੀ ਕਿ ਆਦਮ ਸੀਗਾ ਨਾ ਉਹ ਇੱਕ ਫਲੋਟਿੰਗ ਆਇਆ ਤਰਦਾ ਆਇਆ ਤਰਦਾ ਆਦਮ ਆਇਆ ਸੈਕਿੰਡ ਐਡਮ ਤੇ ਉਹ ਫਿਰ ਇਹਦੇ ਧਰਤੀ ਦਾ ਪਹਿਲੇ ਐਡਮ ਦੀ ਹੈਗੀ ਨਾ ਇਸ ਕਰਕੇ ਉਹਦਾ ਕੋਈ ਇਸ ਵਿੱਚ ਭਾਗ ਨਹੀਂ ਸੀ ਇਸ ਧਰਤੀ 'ਚ ਉਹਨੇ ਕੋਈ ਵਿਆਹ ਵਿਊ ਨਹੀਂ ਕਰਾਇਆ ਜਿਹੜਾ ਕਸ਼ਮੀਰ ਦੇ ਕਹਿੰਦੇ ਨਾ ਵੀ ਇੱਥੇ ਆ ਕੇ ਰਿਹਾ ਸੀ ਤਾਂ ਇੱਥੇ ਕਮਰਾ ਬਣਾ ਦਿੱਤਾ ਉਹਦਾ ਵੀ ਆਹ ਕਮਰਾ ਵੀ ਉਹਦਾ ਲੋਕਾਂ ਨੂੰ ਪੈਸੇ ਲੁੱਟਣ ਦੀ ਵਿਆਹ ਕਦੇ ਕਸ਼ਮੀਰ ਦੋ ਮੁਲਕਾਂ ਦੇ ਵਿਚਕਾਰ ਫਸਾਈ ਹੋ ਰਹੀ ਉਹਦੀ ਇਹ ਕਸ਼ਮੀਰੀ ਲੋਕ ਜਿਹੜੇ ਸੀਗੇ ਇਹ ਜਦੋਂ ਖਾਸ ਕਰਕੇ ਖੱਤਰੀ ਜਦੋਂ ਮੁੱਲਾ ਬਣ ਗਏ ਸੀ ਨਾ ਇਹਨਾਂ ਨੇ ਖੂਬ ਲੋਕਾਂ ਦੇ ਜਨੇਊ ਲਿਆਏ ਸੀਗੇ ਸਾਫ਼ ਸੁਥਰਾ ਦੇ ਜਨੇਊ ਸੀ ਜਿਹੜੇ ਸਾਫ਼ ਸੁਥਰੇ ਵੀ ਬਣ ਗਏ ਸੀ ਮੁੱਲਾ ਬਣ ਗਏ ਸੀ ਇਹਨਾਂ ਨੇ ਵੀ ਫਿਰ ਆਪਣੇ ਆਦਮੀਆਂ ਦੀਆਂ ਜਨੇਊ ਲਿਆਏ ਸੀਗੇ ਤਦੇ ਉਹ ਸਤਿਗੁਰੂ ਤੇਗ ਬਹਾਦਰ ਜੀ ਹੋ ਗਿਆ ਸੀ ਵੀ ਸਾਡੀ ਇਹ ਦੁਰਖਤਾ ਹੋ ਰਹੀ ਤੇ ਉਹਨਾਂ ਨੇ ਫਿਰ ਸ਼ੀਸ਼ ਦਿੱਤਾ ਸੀ ਇਹਨਾਂ ਦੇ ਖੱਤਰੀਆਂ ਦੇ ਜਿਹੜੇ ਸ਼ਤਾਨ ਸਨ ਕਸ਼ਮੀਰ ਦੇ ਉਹਨਾਂ ਦੇ ਅਵਜ਼ੇ 'ਚ ਦਿੱਤਾ ਸੀ ਅੱਜ ਉਹਨਾਂ ਨੂੰ ਰਿਵਾਰਡ ਮਿਲ ਰਿਹਾ ਉਸ ਦਾ ਦੋ ਮੁਲਕਾਂ ਦੇ ਵਿਚਕਾਰ ਫਸਾਈ ਹੋ ਰਹੀ ਹੈਗੀ ਇਹਨਾਂ ਦੀ ਕੋਈ ਦੁਰਗਤੀ ਬਹੁਤ ਹੋਏਗੀ ਤੇ ਇਸ ਕਰਕੇ ਜੀਜੇ ਦਾ ਆਪਣੇ ਜਿਸਮ ਵੀ ਲੈ ਗਿਆ ਸੀਗਾ ਤੇ ਨਾਨਕ ਜਦੋਂ ਮਰੇ ਸੀ ਜਾਂ ਆਪਣੇ ਕਬੀਰ ਸਾਹਿਬ ਮਰੇ ਸੀ ਭਗਤ ਕਬੀਰ ਜੀ ਮਰੇ ਸੀ ਇਹਨਾਂ ਦੇ ਜਿਹੜੀ ਸੀਗੀ ਬੋਡੀ ਇਹ ਫੁੱਲ ਬਣ ਗਏ ਸੀਗੇ ਫੁੱਲ ਜਿਹੜੇ ਨੇ ਖੁਸ਼ਬੂ ਦਿੰਦੇ ਨੇ ਜਿਹੜਾ ਹੈਗੀ ਆਪਣੀ ਬਾਣੀ ਜਦੋਂ ਤੁਸੀਂ ਸਮਝੋਗੇ ਨਾ ਇਹਨੂੰ ਕਹਿੰਦੇ ਬਾਣੀ ਨੂੰ ਜਿਹੜਾ ਨਿਊ ਵਾਈਨ ਹੁੰਦੀ ਨਵੀਂ ਸ਼ਰਾਬ ਜਿਹੜੀ ਕਿ ਦਿਲ ਤੇ ਕੱਢੀ ਜਾਂਦੀ ਇੱਥੇ ਜਦੋਂ ਤੁਸੀਂ ਲੋਜੀਕਲੀ ਜਿਹੜਾ ਹੈਗਾ ਨਾ ਆਪਣੇ ਹੋਲੀ ਸਪਿਰਿਟ ਹੈਗੀ ਕਾਮਨ ਸੈਂਸ ਇਹ ਯੀਸਟ ਹੈਗਾ ਯੀਸਟ ਜੀਜੇ ਨੇ ਨਵੀਂ ਸ਼ਰਾਬ ਪੈਦਾ ਕੀਤੀ ਸੀ ਉੱਥੇ ਕਾਨਾ ਉੱਥੇ ਪੁਰਾਣੀ ਸ਼ਰਾਬ ਜਿਹੜੀ ਸੀ ਮੈਰਿਜ ਪਾਰਟੀ ਜੋ ਖਤਮ ਹੋ ਗਈ ਜਦੋਂ ਖਤਮ ਹੋ ਗਈ ਤਾਂ ਜਾਣੀ ਕਿ ਜਿਹੜਾ ਇਹ ਨਾ ਅੱਜ ਜਿਹੜਾ ਜ਼ਮਾਨਾ ਹੈਗਾ ਆਪਣੇ ਬ੍ਰਹਮਣਾਂ ਦਾ ਅਤੇ ਰਬਾਈਆਂ ਦਾ ਇਹਦੇ 'ਚ ਸਕ੍ਰਿਪਚਰ ਹੈਗੀ ਨਾ ਸਕ੍ਰਿਪਚਰ ਪੁਰਾਣੀ ਸ਼ਰਾਬ ਹੈਗੀ ਨਾ ਉਹ ਜਦੋਂ ਖਤਮ ਹੋ ਗਈ ਲੋਕ ਹਟ ਗਏ ਉਹਦੇ ਤੋਂ ਉਹਨਾਂ ਨੂੰ ਕੋਈ ਚਾਹੀਦੇ ਸੀਗੀ ਕਲਯੁਗ 'ਚ ਉਹਨੇ ਫਿਰ ਕਲਯੁਗ 'ਚ ਜਿਹੜਾ ਨਾਮ ਦੀ ਸ਼ਰਾਬ ਸੀਗੀ ਉਹ ਕੱਢ ਕੇ ਦਿੱਤੀ ਸੀ ਨਿਊ ਵਾਈਨ ਉਸ ਕੱਢਣ ਲਈ ਉਹਨੇ ਕਿਹਾ ਸੀ ਜਿਹੜੇ ਹੈਗੇ ਨਾ ਇਹਨਾਂ ਦੇ ਰੱਖੇ ਹੋਏ ਆਪਣੇ ਉਹ ਸੀਗੇ ਭਾਂਡੇ ਪੱਥਰ ਦੇ ਸੀਗੇ ਉਹ ਸੱਤ ਸੀਗੇ ਜਿੱਦਾਂ ਕਿ ਜੂਸ਼ ਜਿੱਦਾਂ ਮਨੋਰਾ ਹੈਗਾ ਇਸ ਦੇ ਹਿਸਾਬ ਨਾਲ ਰੱਖੇ ਹੋਏ ਸੀਗੇ ਉਹ ਜਦੋਂ ਖਤਮ ਹੋ ਗਏ ਨਾ ਯਾਨੀ ਕਿ ਲੋਕਾਂ ਦਾ ਜਿਹੜਾ ਦਿਲ ਭਰ ਗਿਆ ਵੀ ਇਹ ਕੁਛ ਨਹੀਂ ਹੈਗੀ ਜਿਹੜੇ ਸਕ੍ਰਿਪਚਰ ਵਗੈਰਾ ਹੈਗੀ ਉਹਨਾਂ ਨੂੰ ਫਿਰ ਜਿਹੜਾ ਨਵੀਂ ਸ਼ਰਾਬ ਦਿੱਤੀ ਉਹਨੇ ਨਾਮ ਦੀ ਉਹਨੇ ਕਿਹਾ ਜਿਹੜੇ ਹੈਗੇ ਨਾ ਭਾਂਡੇ ਇਹਨਾਂ ਖੂਬ ਪਾਣੀ ਸਾਫ਼ ਪਾਣੀ ਨਾਲ ਇਹਨੂੰ ਧੋਵੋ
ਰਿੰਜ ਕਰ ਦਿਓ ਸਾਰੀ ਪੁਰਾਣੀ ਸ਼ਰਾਬ ਕੱਢ ਦਿਓ ਵਿੱਚੋਂ ਫਿਰ ਕਿਹਾ ਇਹਨੂੰ ਹੁਣ ਸਾਫ਼ ਪਾਣੀ ਨਾ ਕਰੋ ਸਾਫ਼ ਪਾਣੀ ਦਾ ਮਤਲਬ ਹੈਗਾ ਉਹਦਾ ਆਦਮੀ ਦਾ ਦਿਲ ਏਦਾਂ ਦਾ ਹੋਣਾ ਚਾਹੀਦਾ ਇਮਪਾਰਸ਼ਲ ਤੇ ਅਨਬਾਇਸ ਜਿੰਨਾ ਇੱਕ ਬੱਚੇ ਦਾ ਹੁੰਦਾ ਹੈਗਾ ਤੇ ਫਿਰ ਕਹਿੰਦਾ ਵੀ ਇਹਦੇ 'ਚ ਤੁਸੀਂ ਹੁਣ ਉਹਨੇ ਫਿਰ ਜੀਸਟ ਜਿਹੜਾ ਸੀਗਾ ਪੂਰੀ ਸਪਿਰਿਟ ਕਾਮਨ ਸੈਂਸ ਸੁਰਤੀ ਸੁਰਤੀ ਨਾਲ ਉਸ ਪਾਣੀ ਨੂੰ ਫਿਰ ਉਹ ਨਵੀਂ ਸ਼ਰਾਬ ਬਣਾਈ ਸੁਰਤੀ ਨਾਲ ਨਵੀਂ ਸ਼ਰਾਬ ਬਣਾਉਣ ਦਾ ਮਤਲਬ ਇਹ ਹੈਗਾ ਵੀ ਹਰ ਇੱਕ ਚੀਜ਼ ਤੁਸੀਂ ਜਿਹੜੀ ਹੈਗੀ ਉਹ ਲੌਜੀਕਲੀ ਸੋਚੋ ਇਹ ਨਹੀਂ ਕਿ ਉਹ ਕਿਤਾਬ ਵਿੱਚ ਕੀ ਲਿਖਿਆ ਉਸ ਕਿਤਾਬ ਵਿੱਚ ਕਿ ਇਹ ਕਿਤਾਬਾਂ ਵਿੱਚ ਨਹੀਂ ਮਿਲਦਾ ਨਾਮ ਇਸ ਕਰਕੇ ਇਹਨੂੰ ਉਰੂ ਟੋਰਾ ਕਹਿੰਦੇ ਨੇ ਉਰੂ ਟੋਰਾ ਮੈਂ ਹੁੰਦਾ ਜ਼ਬਾਨੀ ਮੂੰਹ ਜ਼ਬਾਨੀ ਇਹ ਦਿਲ 'ਤੇ ਲਿਖਿਆ ਜਾਂਦਾ ਹੈਗਾ ਇਹ ਪਾਰ ਬ੍ਰਹਮ ਦੀ ਮਿਹਰ ਨਾਲ ਮਿਲਦਾ ਹੈਗਾ ਇਹ ਜੇ ਭਾਂਡਾ ਸਾਫ਼ ਹੋਏਗਾ ਪਾਰ ਬ੍ਰਹਮ ਅੰਦਰ ਆਏਗਾ ਬੈਠੇਗਾ ਤਦ ਉਹਦਾ ਜਿਹੜਾ ਪੁਜਾਰੀ ਸਤਿਗੁਰੂ ਹੈਗਾ ਉਹ ਫਿਰ ਤੁਹਾਨੂੰ ਬਾਣੀ ਸਮਝਾਊਗਾ ਦੱਸੂਗਾ ਜੇ ਭਾਂਡਾ ਸਾਫ਼ ਹੀ ਹੈ ਨੀਗਾ ਰਿਸ਼ਵਤ ਲੈਂਦੇ ਹਾਂ ਬੇਈਮਾਨੀਆਂ ਕਰਦੇ ਹਾਂ ਉਹ ਤਾਂ ਸ਼ੈਤਾਨ ਅੰਦਰ ਬੈਠਾ ਤਾਂ ਉਹ ਤਾਂ ਬਾਹਰ ਹੈਗਾ ਹਰ ਤਾਂ ਬਾਹਰ ਹੈਗਾ ਜੇ ਹਰ ਬਾਹਰ ਹੈਗਾ ਸ਼ੈਤਾਨ ਅੰਦਰ ਹੈਗਾ ਤਾਂ ਉਹ ਤਾਂ ਆਪਣੀਆਂ ਸਿਫਤਾਂ ਪਾਲੇਗਾ ਵੀ ਹੋਰ ਪੈਸਾ ਬਣਾਵਾ ਲੋਕਾਂ ਨੂੰ ਲੁੱਟਾਂ ਜਿਹੜੇ ਭਗਤ ਹੁੰਦੇ ਨੇ ਉਹ ਲੁੱਟਦੇ ਨਹੀਂ ਹੈਗੇ ਉਹਨਾਂ ਦਾ ਹੈਗਾ ਪਾਰ ਬ੍ਰਹਮ ਦੀ ਮਾਇਆ ਅੰਦਰ ਉੱਥੇ ਰੱਖਣੀ ਦੇਵਤੇ 'ਚ ਟਿਕਾਉਣੀ ਹੈਗੀ ਨਾਮ ਨਾਮ ਦੇਵਤੇ ਟਿਕਦਾ ਹੈਗਾ ਇਹ ਬੈਂਕਾਂ 'ਚ ਨਹੀਂ ਪੈਂਦਾ ਪੈਸਾ ਜਿਹੜਾ ਹੈਗਾ ਇਹ ਪੈਸਾ ਜਿਹੜਾ ਨਾਮ ਦਾ ਹੈਗਾ ਦੇਵਤੇ ਇਹ ਬੈਂਕ ਹੈਗਾ ਉਹਦਾ ਫਿਰ ਮੂੰਹ ਜ਼ਬਾਨੀ ਉਹਨਾਂ ਨੇ ਪ੍ਰਚਾਰ ਕਰਨਾ ਨਿਰਮਲ ਸੰਤ ਜਿਹੜੇ ਹੁੰਦੇ ਸੀਗੇ ਪੁਰਾਣੇ ਉਹ ਮੂੰਹ ਜ਼ਬਾਨੀ ਪ੍ਰਚਾਰ ਕਰਦੇ ਫਿਰਦੇ ਹੁੰਦੇ ਸੀਗੇ ਤੇ ਨਾਮ ਲਿਖਿਆ ਨਹੀਂ ਜਾਂਦਾ ਤੇ ਇਸ ਕਰਕੇ ਜਿਹੜਾ ਸੀਗਾ ਉਸਨੇ ਫਿਰ ਸ਼ਰਾਬ ਨਵੀਂ ਉਹਨਾਂ ਨੂੰ ਦਿੱਤੀ ਕਿ ਹੁਣ ਜਿਹੜਾ ਸਮਾਂ ਹੈਗਾ ਇਹ ਨਵੀਂ ਸ਼ਰਾਬ ਦਾ ਹੈਗਾ ਨਵੀਂ ਸ਼ਰਾਬ ਦਾ ਮਤਲਬ ਇਹ ਹੈਗਾ ਪਵਨ ਆਰੰਭ ਦਾ ਮਤਲਬ ਹੈਗਾ ਵੀ ਬੋਲਣ ਨਾਲ ਉਹਦਾ ਸਮਾਂ ਹੈਗਾ ਕਿਤਾਬੀ ਕੀੜਾ ਨਹੀਂ ਹੈਗਾ ਪਵਨ ਆਰੰਭ ਸਤਿਗੁਰ ਮਤ ਵੇਲਾ ਸਤਿਗੁਰ ਜਿਹੜਾ ਅੰਦਰ ਬੈਠਾ ਹੈ ਉਹਦੇ ਮਤ ਦਾ ਵੇਲਾ ਹੈਗਾ ਉਹਦੇ ਗੁਰ ਨਾਲ ਚੜ੍ਹਨਾ ਹੈਗਾ ਲੋਜੀਕਲ ਰੀਜਨਿੰਗ ਹੈਗਾ ਉਹਦਾ ਗੁਰ ਸਤ ਦਾ ਗੁਰ ਜਿਹੜਾ ਹੈਗਾ ਕਹਿੰਦੇ ਸਤਿਗੁਰ ਪ੍ਰਸਾਦ ਸਤ ਇੱਕ ਹਰਫ ਹੈਗਾ ਗੁਰ ਹੈਗਾ ਢੰਗ ਸਤ ਦਾ ਜਿਹੜਾ ਗੁਰ ਜਾਣੇ ਉਹਦੇ ਨਾਲ ਕਰੇ ਉਹਦਾ ਜਿਹੜਾ ਪ੍ਰਸਾਦ ਜਾਂ ਤੱਤ ਬੋਲ ਹੁੰਦਾ ਉਹ ਨਾਮ ਹੁੰਦਾ ਹੈਗਾ ਸਤਿਗੁਰ ਪ੍ਰਸਾਦ ਉਹ ਇੱਥੇ ਹੈਗਾ ਤੇ ਇਸ ਤਰ੍ਹਾਂ ਜਿਹੜਾ ਸੀਗਾ ਉਹ ਫਿਰ ਬਰੀਅਲ ਚੈਂਬਰ ਜਿਹੜਾ ਸੀਗਾ ਉਹ ਨਵਾਂ ਸੀਗਾ ਉਹਦੇ 'ਚ ਜੀ ਨੇ ਜਦੋਂ ਗੁਜ਼ਰਿਆ ਆਪਣੀ ਲਾਸ਼ ਲੈ ਗਿਆ ਕੋਈ ਨਿਸ਼ਾਨ ਨਹੀਂ ਛੱਡ ਕੇ ਗਿਆ ਫਿਰ ਸੈਕਿੰਡ ਐਡਮ ਸੀਗਾ ਨਾਨੀ ਜਿਹੜਾ ਸੀਗਾ ਉਹ ਫੁੱਲ ਛੱਡ ਗਿਆ ਫੁੱਲ ਜਿਹੜੇ ਹੁੰਦੇ ਸੁਗੰਧ ਦਿੰਦੇ ਨੇ ਫੁੱਲ ਜਿਹੜੇ ਸੀਗੇ ਲੋਕਾਂ ਨੂੰ ਚਾਹੀਦੇ ਸੀ ਆਪਣੇ ਘਰ 'ਚ ਲੈ ਜਾਂਦੇ ਸੁਗੰਧ ਦਿੰਦੇ ਪਰ ਐਵਰ ਅਟਰਨਲ ਤੇ ਲੋਕਾਂ ਨੇ ਉਹ ਵੰਡ ਕੇ ਅੱਧੇ ਜਿਹੜੇ ਮੁਹੰਮਦਨ ਉਹਨਾਂ ਨੇ ਆਪਣੀ ਕਬਰ ਬਣਾ ਲਈ ਦੱਬ ਦਿੱਤੇ ਜਿਹੜੇ ਦੂਜੇ ਸੀਗੇ ਹਿੰਦੂ ਜਿਹੜੇ ਆਪਣੇ ਮੋਨੇ ਜਿਹਨਾਂ ਕਹਿ ਦਿੰਦੇ ਆ ਤੁਸੀਂ ਉਹਨਾਂ ਨੇ ਜਲਾ ਦਿੱਤੇ ਤੇ ਦੱਸੋ ਕਿ ਇਹਦੇ ਕੋਈ ਸਿਆਣਪ ਹੈਗੀ ਜੇ ਉਹ ਘਰ ਲੈ ਕੇ ਜਾਂਦੇ ਫੁੱਲ ਮਹਿਕ ਦਿੰਦੇ ਹਮੇਸ਼ਾ ਲਈ ਉਹ ਮੁਰਝਾਉਣੇ ਨਹੀਂ ਸੀਗੇ ਅਟਰਨਲ ਹੈਗੇ ਨੇ ਉਹ ਨਾਮ ਉਹਦਾ ਅਟਰਨਲ ਹੈਗਾ ਯਾਨੀ ਕਿ ਜਦੋਂ ਤੁਸੀਂ ਉਹਦੀ ਨਾਮ ਜਦੋਂ ਤੁਸੀਂ ਉਹਦਾ ਸਤਿਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਾਨੂੰ ਨਾਮ ਇੰਟਰੋਡਿਊਸ ਕੀਤਾ ਹੈਗਾ ਜਦੋਂ ਉਹਦੀ ਤੁਸੀਂ ਵਿਆਖਿਆ ਕਰਕੇ ਲੋਕਾਂ ਨੂੰ ਦੱਸਦੇ ਹਾਂ ਤੁਸੀਂ ਉਹਦੀ ਫੁੱਲਾਂ ਦੀ ਮਹਿਕ ਦਿੰਦੇ ਹਾਂ ਲੋਕਾਂ ਨੂੰ ਉਹਦੇ ਨਾਮ ਦੀ ਮਹਿਕ ਦਿੰਦੇ ਹਾਂ ਜਿਹੜੇ ਉਹਦੇ ਹੈਗੇ ਖਰੀਦਦਾਰ ਹੈਗੇ ਜਾਂ ਉਹਦੇ ਗਾਹਕ ਹੈਗੇ ਨੇ ਉਹੀ ਲਿਖੇ ਨੇ ਜੇ ਕੋਈ ਜੇ ਗਾਹਕ ਮਿਲੇ ਤਾਂ ਉਹਦੀ ਕੀਮਤ ਹੈਗੀ ਬਗੈਰ ਗਾਹਕ ਦੇ ਕੀ ਭਗਤ ਕਬੀਰ ਜੀ ਕਹਿੰਦੇ ਨਾ ਜੇ ਉੱਥੇ ਜਿਹੜਾ ਹੈਗਾ ਨਾ ਕੋਈ ਉਹਦਾ ਗਾਹਕ ਹੈਗਾ ਨਾ ਮੋਲ ਹੈਗਾ ਤੇ ਉਹਦਾ ਮੋਲ ਨਹੀਂ ਪੈਂਦਾ ਜੇ ਗਾਹਕ ਨਾ ਹੋਵੇ ਗਾਹਕ ਤਦੇ ਹੋਵੇ ਜੇ ਕਿਸੇ ਨੂੰ ਸੁਰਤੀ ਹੋਵੇ ਜਿਹਦਾ ਹਰਿਮੰਦਰ ਸਾਫ਼ ਹੋਵੇ ਉਹੀ ਗਾਹਕ ਹੋਏਗਾ ਨਾ
ਤੇ ਇਸ ਲਈ ਕੋਟਨ ਮੇਂ ਏਕ ਸਿੱਖ ਹੁੰਦਾ ਹੈਗਾ ਤੇ ਖਾਲਸਾ ਹੁੰਦਾ ਸੱਚ ਕੋਟਨ ਮੇਂ ਏਕ ਤੇ ਦੋ ਸਿੱਖ ਜਿਹੜੇ ਹੁੰਦੇ ਤੁਸੀਂ ਦੇਖ ਲਓ ਵੀ ਕਿੰਨੇ ਕੋਟਾਂ ਚ ਦੋ ਸਿੱਖ ਹੋਣਗੇ ਤੇ ਕ੍ਰਿਸਚੈਨਿਟੀ ਸੀਗਾ ਵਨ ਇਨ 1,000 ਐਂਡ ਟੂ ਇਨ 10,000 ਗੋਸਪਲ ਉਹਨਾਂ ਨੂੰ ਪਤਾ ਹੈਗਾ ਗੋਸਪਲ ਇੰਨਾ ਕਾਮਨ ਨਹੀਂ ਹੈਗਾ ਇਸੇ ਕਰਕੇ ਜੱਟ ਜਿਹੜੇ ਹੈਗੇ ਨੇ ਆਪਣੇ ਇੰਗਲੈਂਡ 'ਚ ਰਹਿੰਦੇ ਜਾਂ ਆਪਣੇ ਅਮੈਰੀਕਾ 'ਚ ਰਹਿੰਦੇ ਜਾਂ ਹੋਰ ਯੂਰੋਪੀਅਨ ਕੰਟਰੀ 'ਚ ਰਹਿੰਦੇ ਨੇ ਉਹ ਇਸ ਚੀਜ਼ ਨੂੰ ਸਮਝਣ ਉਹਦੀ ਬਾਈਬਲ ਪੜ੍ਹਨ ਪੜ੍ਹ ਕੇ ਵਿੱਚ ਉਹਨਾਂ 'ਚ ਕੀਤੀ ਉਹਨਾਂ ਨੇ ਹੇਰਾ ਫੇਰੀ ਜੀਜ਼ੇ ਦਾ ਕੋਈ ਡਿਸਾਈਪਲ ਨਹੀਂ ਸੀਗਾ ਡਿਸਾਈਪਲ ਦਾ ਜਿਹੜਾ ਰੂਟ ਹੈਗਾ ਉਹ ਹੈਗਾ ਡਿਸਿਪਲਿਨ ਡਿਸਿਪਲਿਨ ਕਰੀਦਾ ਨੈਚੁਰਲ ਬੋਆਏ ਨੂੰ ਛੋਟੇ ਬੱਚਿਆਂ ਨੂੰ ਮੋਰਲ ਲਾ ਸਿਖਾ ਕੇ ਉਹਨਾਂ ਨੂੰ ਜਿਹੜੇ ਰੱਬ ਆਈ ਸੀਗੇ ਜਿਹੜੇ ਪੰਡਿਤ ਸੀਗੇ ਉਹਨਾਂ ਦੇ ਡਿਸਾਈਪਲ ਹੁੰਦੇ ਸੀ ਜੋ ਕਹਿੰਦੇ ਸੀ ਉਹ ਕਰਦੇ ਸੀਗੇ ਜਿੱਦਾਂ ਸੌਲ ਜਿਹੜਾ ਸੀਗਾ ਗਮਲੀਅਲ ਉਹਦਾ ਰੱਬ ਆਈ ਸੀਗਾ ਉਹਦਾ ਡਿਸਾਈਪਲ ਸੀ ਉਹਦੀ ਸੁਰਤੀ ਕਹਿੰਦੀ ਸੀ ਵੀ ਇਹ ਜੋ ਮੈਂ ਕੰਮ ਕਰ ਰਿਹਾ ਗਲਤ ਕਰ ਰਿਹਾ ਪਰ ਉਹਦਾ ਡਿਸਾਈਪਲ ਹੋਣ ਕਰਕੇ ਨਾ ਉਹਦਾ ਗਮਲੀਅਲ ਦੇ ਉਹਨੂੰ ਨਾ ਨਹੀਂ ਸੀ ਕਰ ਸਕਦਾ ਕਿ ਉਹਦਾ ਚੇਲਾ ਸੀ ਉਹ ਜੋ ਉਸਤਾਦ ਕਹਿੰਦਾ ਸ਼ਗਿਰਦ ਉਹੀ ਕਰਦਾ ਇਸ ਕਰਕੇ ਉਹਨੂੰ ਫਰੀਡਮ ਨਹੀਂ ਸੀਗੀ ਤੇ ਉਹਨੇ ਫਿਰ ਜੀਜ਼ੇ ਦੇ ਜਿਹੜੇ ਸੀਗੇ ਵਰਕਰ ਉਹਨਾਂ ਨੂੰ ਮਾਰਿਆ ਕੁੱਟਿਆ ਪਰ ਜਦੋਂ ਜੀਜ਼ੇ ਨੇ ਉਹਨੂੰ ਫਰੀ ਕਰ ਦਿੱਤਾ ਨਾ ਫਿਰ ਉਹਨੇ ਦੱਸਿਆ ਵੀ ਮੈਨੂੰ ਉਹ ਗਮਲੀਲ ਕਰਕੇ ਮੈਂ ਕੀਤਾ ਸੀਗਾ ਕੰਮ ਹੁਣ ਨਹੀਂ ਮੈਂ ਉਹਦਾ ਚੀਜ਼ ਹੁਣ ਮੈਂ ਫਰੀ ਹੈਗਾ ਇਸ ਕਰਕੇ ਫਰੀ ਤਰੇ ਹੋਏਗਾ ਜੇ ਉਹ ਭੀੜੀ ਗਲੀ ਚੁਣਨ ਗੁਜ਼ਰ ਯਾਨੀ ਕਿ ਆਸ ਨਾਮ ਦੀ ਭੀੜੀ ਗਲੀ ਚੁਣਗੇਗਾ ਤਦ ਫ੍ਰੀ ਹੁੰਦਾ ਹੈਗਾ ਜੇ ਤੁਸੀਂ ਕਿਸੇ ਦੇ ਮਗਨ ਲੱਗੇ ਆ ਤਾਂ ਤੁਸੀਂ ਫ੍ਰੀ ਨਹੀਂ ਹੈਗੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਦੱਸ ਸਕਦਾ ਹੈਗਾ ਲੇਕਿਨ ਇੰਨਾ ਜੇ ਵੀਡੀਓ ਦੇਖੋ ਤਾਂ ਤੁਹਾਨੂੰ ਸਾਰਾ ਕੁਛ ਪਤਾ ਲੱਗ ਜਾਏਗਾ ਤੇ ਹੋਰ ਜਿਹੜਾ ਹੈਗਾ ਉਹਨੂੰ ਬਰੀਅਲ ਚੈਂਬਰ ਸੀਗਾ ਉਹਦਾ ਉਹਨੂੰ ਹੀ ਦੱਬਿਆ ਸੀਗਾ ਕਿਉਂ ਉਹ ਸੈਕਿੰਡ ਐਡਮ ਸੀਗਾ ਤੇ ਹੋਰ ਦੇਖਦਾ ਮੈਂ ਕੀ ਹੈਗਾ ਕੁਛ ਜੇ ਦੱਸਣ ਵਾਲਾ ਤੇ ਮੈਂ ਦੱਸ ਦਿੰਦਾ ਬਾਕੀ ਮੇਰਾ ਇੱਕ ਆਰਟੀਕਲ ਪਾਇਆ ਹੋਇਆ ਵਿੱਚ ਉਹ ਸਾਰਾ ਪੜ੍ਹੋ ਤੇ ਉੱਥੋਂ ਪਤਾ ਲੱਗ ਜਾਏਗਾ ਤੇ ਬਰਥ ਆਫ ਜੀਜ਼ਸ ਵਾਈ ਇਨ ਵਾਈ ਦੀ ਵਰਜਨ ਬਰਥ ਉਹ ਤਾਂ ਦੱਸ ਦਿੱਤਾ ਵਾਈ ਇਨ ਦੀ ਮੈਂਜਰ ਆਫ ਦੀ ਇਨ ਉਹ ਵੀ ਦੱਸ ਦਿੱਤਾ ਹੈਗਾ ਤੇ ਬਰੀਅਲ ਚੈਂਬਰ ਵੀ ਦੱਸ ਦਿੱਤਾ ਹੈਗਾ ਤੇ ਇਹੋ ਹੀ ਹੈਗਾ ਨਾਨਕ ਜਿਹੜਾ ਸੀਗਾ ਉਹਦਾ ਉਹ ਖੱਤਰੀਆਂ ਦੇ ਪੈਦਾ ਹੋਏ ਕਿਉਂਕਿ ਖੱਤਰੀਆਂ ਨੇ ਆਪਣੀ ਕੌਮ ਨਹੀਂ ਸੀ ਛੁਪਾਈ ਉਹ ਹਿੰਦੂ ਨਹੀਂ ਸੀ ਬਣੇ ਜਿਸਮ ਦੇ ਇਹ ਸਿਰਫ ਜੂ ਸੀਗੇ ਜਿਹੜੇ ਜੂ ਜਿਸਮ ਦੇ ਬਣ ਗਏ ਸੀਗੇ ਖੱਤਰੀ ਨਹੀਂ ਬਣੇ ਹਿੰਦੂ ਜਿਸਮ ਦੇ ਖੱਤਰੀ ਖੱਤਰੀ ਰਹੇ ਨੇ ਇਸ ਕਰਕੇ ਸੈਕਿੰਡ ਕਮਿੰਗ ਆਫ ਜੀਜ਼ਸ ਨਾਨਕ ਉਹ ਨਾਰਮਲ ਪੈਦਾ ਹੋਇਆ ਖੱਤਰੀ ਪਿਓ ਦੇ ਘਰ ਪੈਦਾ ਹੋਇਆ ਉਹਦੀ ਕੁਆਰੀ ਦੇ ਪੈਦਾ ਹੋਇਆ ਤੇ ਇਹ ਹੈਗਾ ਤੇ ਨਾਨਕ ਸੈਕਿੰਡ ਕਮਿੰਗ ਸੀਗਾ ਤੇ ਦੋ ਜਿਹੜੇ ਸੀਗੇ ਆਏ ਉੱਥੇ ਆਪਣੇ ਮਿਡਲ ਈਸਟ 'ਚ ਇੱਕ ਆਇਆ ਬਾਮਨ ਜੌਨ ਦੀ ਬਾਪਟਿਸਟ ਉਹ ਹੁੰਦੇ ਨੇ ਵਿਟਨੈਸ ਟੂ ਦੀ ਲਾਈਟ ਬਟ ਨਾਟ ਦੀ ਲਾਈਟ ਆਹ ਹੈਗਾ ਬਾਮਨ ਦਾ ਕੰਮ ਤਾਰਾ ਚੰਦ ਤੇ ਤਾਰਾ ਇਹ ਮੁੱਲਾ ਦਾ ਜਿਹੜਾ ਨਾ ਮਸਜਿਦ ਤੇ ਚੰਦ ਤਾਰਾ ਹੈਗਾ ਨਾ ਇਹ ਜਿਹੜੀ ਮਸੀਤ ਜਿਹੜਾ ਇਸਲਾਮ ਹੈਗਾ ਇੰਸ਼ ਮੁੱਲਾ ਦਾ ਇਸਲਾਮ ਹੈਗਾ ਤੇ ਅੱਲਾ ਦਾ ਨਹੀਂ ਇਸਲਾਮ ਹੈ ਸ਼ੈਤਾਨ ਦਾ ਇਸਲਾਮ ਹੈਗਾ ਤੇ ਆਹ ਹੈਗਾ ਸੂਰਜ ਦਾ ਸਮਾਂ ਸੂਰਜ ਪ੍ਰਾਇਮਰੀ ਸੋਰਸ ਆਫ ਲਾਈਟ ਇਹ ਹੈਗਾ ਪਾਰ ਬ੍ਰਹਮ ਐਲੋਹੀਮ ਅੱਲਾ ਆਹ ਹੈਗਾ ਇਹ ਹੈਗਾ ਇਨਸ਼ਾਲਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਹੈਗਾ ਇਸਲਾਮ ਜਿਹੜਾ ਅਸਲੀ ਹੈਗਾ ਇਹ ਹੈਗਾ ਨਕਲੀ ਇਸਲਾਮ ਦਾ ਇਹ ਬਾਹਮਣ ਇੱਥੇ ਹੈਗੇ ਜਿਹੜੇ ਇਹ ਹੈਗੇ ਨੇ ਤੇ ਬਾਕੀ ਕੋਈ ਸਵਾਲ ਜਵਾਬ ਹੋਵੇ ਤਾਂ ਦੱਸਿਆ ਜਾ ਤੇ ਜਦੋਂ ਤੁਸੀਂ ਬੋਲੋਗੇ ਨਾ ਮੂੰਹ ਤੋਂ ਮੇਰੇ ਆਰਟੀਕਲ ਪੜ੍ਹ ਲਓ ਉੱਥੇ ਵੈਬਸਾਈਟ 'ਤੇ ਬਹੁਤ ਆਰਟੀਕਲ ਪਾਏ ਨੇ ਮੈਂ ਜੇ ਕੋਈ ਮਦਦ ਕਰੇ ਉਹਨਾਂ ਨੂੰ ਅਰੇਂਜ ਕਰ ਸਕਦੇ ਹੈਗੇ ਆਪਾਂ ਜਿਹੜੇ ਵੀਡੀਓ ਮੈਂ 6,700 ਵੀਡੀਓ ਹੋ ਗਿਆ ਮੇਰਾ ਜੇ ਕੋਈ ਹਿੰਮਤ ਕਰੇ ਤਾਂ ਉਹਨੂੰ ਕਲਾਸੀਫਾਈ ਕਰਕੇ ਤਾਂ ਕਰ ਸਕਦਾ ਕੋਈ
ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਮੈਂ ਇੰਨਾ ਨਾ ਟੈਕਨੀਕਲੀ ਮੈਂ ਇੰਨਾ ਹੈਗਾ ਚੰਗਾ ਅਤੇ ਇਸ ਕਰਕੇ ਜੇ ਕੋਈ ਟੈਕਨੀਕਲ ਸਕਿੱਲ ਹੈਗਾ ਤਾਂ ਦੱਸੋ ਤਾਂ ਮੈਨੂੰ ਵੀ ਫਾਇਦਾ ਹੋਵੇ ਅਤੇ ਮੇਰੀ ਵੀ ਮਦਦ ਕਰੋ ਅਤੇ ਕਈ ਸਾਰੇ ਟੇਬਲ ਬਣਾਉਣੇ ਕਿ ਅਤੇ ਹੋਰ ਇੱਦਾਂ ਦੀਆਂ ਚੀਜ਼ਾਂ ਬਣਾਉਣੀਆਂ ਆਹ ਬਣਾਉਣਾ ਹੈਗਾ ਆਪਣੇ ਮਨੋਹਰਾ ਆਹ ਜਿਹੜਾ ਮਨੋਹਰਾ ਹੈਗਾ ਇਹਨੂੰ ਇਹਨੂੰ ਬਣਾਉਣਾ ਹੈਗਾ ਅਤੇ ਨਾਲ ਆ ਲਿਖਣਾ ਸਾਰਾ ਕੁਛ ਅਤੇ ਇੱਕ ਬਣ ਜਾਏਗਾ ਆਰਟੀਕਲ ਚੰਗਾ ਬਾਕੀ ਹੈਗਾ ਕਿੰਗਡਮ ਆਫ ਹੈਵਨ ਆਹ ਹੈਗਾ ਕਿੰਗਡਮ ਆਫ ਹੈਵਨ ਰੱਬ ਆਈ ਦਾ ਜਿਹੜਾ ਲੋ ਐਂਡ ਆਰਡਰ ਵਿੱਚ ਹੁੰਦਾ ਹੈਗਾ ਅਤੇ ਆਹ ਹੈਗਾ ਰੋਇਲ ਕਿੰਗਡਮ ਆਫ ਗੋਡ ਇਹ ਦਿਲ ਦੀ ਹੈਗੀ ਕ੍ਰਿਸਚੈਨਿਟੀ ਦਿਲ ਦੀ ਹੈਗੀ ਕਿਤਾਬ ਦੀ ਨਹੀਂ ਹੈਗੀ ਬਾਈਬਲ ਫਰਬਿਡਨ ਹੈਗਾ ਇਹ ਜਿਹੜੀ ਕਿਤਾਬ ਸੰਪ ਕਰਦੇ ਨੇ ਇਹ ਐਂਟੀ ਕ੍ਰਾਈਸਟ ਹੈਗੇ ਨੇ ਅਤੇ ਜਿਹੜਾ ਪੈਸਾ ਲੈਂਦੇ ਨੇ ਡਾਕਰ ਪ੍ਰੀਸਟ ਇਹ ਜੁਡਾ ਅਸਕੈਰੀਓਟ ਹੈਗੇ ਨੇ ਜੁਡਾ ਅਸਕੈਰੀਓਟ ਜਿਹੜਾ ਸੀਗਾ ਉਹਨੇ ਥੈਲੀ ਫੜੀ ਹੋਈ ਸੀਗੀ ਅਤੇ ਉਹ ਸੀਗਾ ਜੁਡਾ ਟ੍ਰਾਈਬ ਦਾ ਜੁਡਾ ਟ੍ਰਾਈਬ ਜਿਹਦਾ ਖੱਤਰੀ ਹੈਗੇ ਨਾ ਆਪਣੇ ਲਾਲਚੀ ਇੱਦਾਂ ਇਹ ਵੀ ਲਾਲਚੀ ਹੈਗੇ ਮਿਡਲ ਈਸਟ ਪਰ ਇੰਨੇ ਨਹੀਂ ਜਿੰਨੇ ਖੱਤਰੀ ਹੈਗੇ ਨੇ ਉਹ ਵਿੱਚ ਜਦੋਂ ਉਹਨੂੰ ਪੈਸਾ ਚਾਹੀਦਾ ਸੀ ਵਿੱਚੋਂ ਚੋਰੀ ਕਰ ਲੈਂਦਾ ਸੀ ਥੈਲੀ 'ਚੋਂ ਕੱਢ ਲੈਂਦਾ ਸੀ ਅਤੇ ਉਹ ਸਾਰਿਆਂ ਨੂੰ ਪਤਾ ਸੀ ਬਾਕੀ ਜਾਂ ਇੱਕ ਪੀਟਰ ਨੂੰ ਨਹੀਂ ਸੀ ਪਤਾ ਪੀਟਰ ਸੀਗਾ ਵੰਸ ਬੋਰਨ ਅਕੀਜਾ ਉਹਨੂੰ ਨਹੀਂ ਸੀ ਪਤਾ ਬਾਕੀ ਤਾਂ ਸਾਰਿਆਂ ਨੂੰ ਪਤਾ ਸੀ ਵੀ ਚੋਰੀ ਕਰਦਾ ਉੱਥੇ ਪੈਸੇ ਕੱਢਦਾ ਹੈਗਾ ਅਤੇ ਜਦੋਂ ਲਾਸਟ ਸਫ਼ਰ ਸੀਗਾ ਨਾ ਉਦੋਂ ਸਾਰਿਆਂ ਨੂੰ ਪਤਾ ਸੀ ਵੀ ਸਾਰੇ ਦੀ ਕਰੈਕਟਰਿਸਟਿਕ ਕਿੱਦਾਂ ਦਾ ਆਦਮੀ ਹੈਗਾ ਉਦੋਂ ਜੀਜ ਨੇ ਕਿਹਾ ਸੀ ਇੱਕ ਆਦਮੀ ਤੁਹਾਡੇ 'ਚੋਂ ਜਿਹੜਾ ਹੈਗਾ ਮੈਨੂੰ ਉਹ ਨੁਕਸਾਨ ਪਹੁੰਚਾਏਗਾ ਅਤੇ ਉਹ ਇੱਕ ਦੂਜੇ ਨੂੰ ਕਹਿੰਦੇ ਕਿਹੜਾ ਹੈਗਾ ਕਿਹੜਾ ਹੈਗਾ ਪੀਟਰ ਕਿਹਦਾ ਉਹਨੂੰ ਨਾਲ ਦੇ ਉਹਨੂੰ ਪੁੱਛ ਕਿਹੜਾ ਹੈਗਾ ਅਤੇ ਫਿਰ ਉਹਨੇ ਕਿਹਾ ਵੀ ਜਿਹੜਾ ਮੇਰੇ ਨਾਲ ਬੈਠਾ ਹੈਗਾ ਅਤੇ ਮੇਰੇ ਮੇਰੇ ਬਰਤਨ ਵਿੱਚ ਜਿਹੜਾ ਕੌਲਾ ਹੈਗਾ ਉਹਦੇ 'ਚ ਆਪਣੀ ਰੋਟੀ ਡਬਾਉਂਦਾ ਹੈਗਾ ਨਾ ਖਾਣ ਲਈ ਉਹ ਹੈਗਾ ਆਦਮੀ ਯਾਨੀ ਜਿਹੜਾ ਸ਼ੈਤਾਨ ਹੁੰਦਾ ਹੈਗਾ ਉਹ ਆਪਣੇ ਆਪ ਨੂੰ ਬੜਾ ਕਹਿੰਦਾ ਵੀ ਮੈਂ ਪੁਜਾਰੀ ਹੈਗਾ ਪਾਰ ਬ੍ਰਹਮ ਦਾ ਕੱਪੜੇ ਪਾ ਲੈਂਦਾ ਹੈਗਾ ਭੇਖ ਆਪਣੇ ਜਿੱਦਾਂ ਕਹਿੰਦੇ ਆ ਯੂਪੀ ਦਾ ਹੈਗਾ ਜਿਹੜਾ ਪ੍ਰਾਈਮ ਮਿਨਿਸਟਰ ਬਣਿਆ ਕਿਹੜਾ ਹੈਗਾ ਭਗਵੇਂ ਕੱਪੜੇ ਪਾ ਕੇ ਭਗਵੇਂ ਕੱਪੜੇ ਪਾ ਕੇ ਤਾਂ ਆਦਮੀ ਜੰਗਲਾਂ 'ਚ ਹੁੰਦਾ ਹੈਗਾ ਉਹ ਬੈਠਾ ਹੈਗਾ ਉੱਥੇ ਚੜ ਕੇ ਭਗਵੇਂ ਕੱਪੜੇ ਪਾ ਕੇ ਤਾਂ ਇੱਦਾਂ ਬੜੇ ਸੋਹਣੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਭਗਵੇਂ ਕੱਪੜੇ ਦਾ ਮਤਲਬ ਹੁੰਦਾ ਵੀ ਦੁਨੀਆਂ ਛੱਡ ਦਿੱਤੀ ਮੈਂ ਤਾਂ ਉਹ ਦੁਨੀਆਂ ਦੇ ਵਿੱਚ ਹੈਗੇ ਉਲਟ ਹੈਗਾ ਇੰਨੇ ਲੋਕ ਅੰਨੇ ਹੈਗੇ ਮਨ ਦੇ ਅੰਨੇ ਇਹ ਜਿਹੜਾ ਦੁਨੀਆਂ ਦੀ ਪੋਲੀਟਿਕਸ ਹੈਗੀ ਕੌਮਾਂ ਦੀ ਹੈਗੀ ਜਦੋਂ ਜੱਟ ਤਾਰੇ ਤਾਰੇ ਉਹਨਾਂ ਜੱਟਾਂ ਦਾ ਹੈਗਾ ਖੇਤ ਜੱਟਾਂ ਦੇ ਹੈਗੇ ਨੇ ਜਦੋਂ ਤੁਸੀਂ ਵੋਟ ਦਿੱਤੀ ਅਕਾਲੀਏ ਨੂੰ ਦਿੱਤੀ ਜਾਂ ਮੁਸਲਿਮ ਲੀਗ ਨੂੰ ਦਿੱਤੀ ਜਾਂ ਕਿਸੇ ਨੂੰ ਦਿੱਤੀ ਤਾਂ ਉਹ ਤੁਸੀਂ ਸਪੋਰਟ ਜਦੋਂ ਕਰਦੇ ਹੋ ਉਹਨਾਂ ਨੂੰ ਜਿਹੜਾ ਆਪਣੇ ਘਰ ਹੈਗਾ ਉਹ ਵੀ ਉਹਨੂੰ ਦੇ ਦਿੱਤਾ ਅਕਾਲੀਆਂ ਨੂੰ ਜ਼ਮੀਨ ਵੀ ਅਕਾਲੀ ਨੂੰ ਦੇ ਦਿੱਤੀ ਠੀਕ ਹੈ ਅਤੇ ਇਹਨੂੰ ਕਹਿੰਦੇ ਇੱਕ ਨੋ ਇੱਕ ਚੋਰ ਨਰੋਈ ਆਏਗਾ ਭਗਤ ਕਬੀਰ ਜੀ ਕਹਿੰਦੇ ਉਹਨਾਂ ਦੇ ਮੈਂ ਵਿਆਖਿਆ ਕੀਤੀ ਹੋਏਗੀ ਇੱਕ ਵੀਡੀਓ 'ਚ ਉਹ ਪੜ੍ਹੋ ਦੇਖੋ ਮੇਰੇ ਅਤੇ ਉਹ ਫਿਰ ਪੱਕੇ ਹਰਾਮੀ ਬਣ ਜਾਂਦੇ ਨੇ ਆਪਣੀ ਗੋਦੀ ਜਿਹੜੀ ਅਕਾਲੀਆਂ ਦੇ ਹੱਥ ਫੜਾ ਦਿੰਦਾ ਕੋਈ ਕੋਈ ਮੁਸਲਿਮ ਲੀਗ ਦੇ ਕੋਈ ਆਰੀਆ ਸਮਾਜ ਆਰੀਆ ਨਸਲ ਲੀਗ ਸਮਾਜ ਨਹੀਂ ਹੈਗਾ ਹਿੰਦੂ ਸਮਾਜ ਹੈਗਾ ਕਈ ਹੈਗੇ ਨੇ ਜਿਹੜੇ ਜੱਟ ਹੈਗੇ ਨੇ ਜੱਟ ਸਮਾਜ ਲਿਖਦੇ ਨੇ ਜੱਟ ਸਭਾ ਹੈਗੀ ਸਮਾਜ ਨੇ ਸਮਾਜ ਵਿੱਚ ਕੋਈ ਵੀ ਆਦਮੀ ਦਾਖਲ ਹੋ ਸਕਦਾ ਚੂੜਾ ਹੋਵੇ ਚਮਾਰ ਹੋਵੇ ਕੋਈ ਵੀ ਆਦਮੀ ਆ ਸਕਦਾ ਜਿੱਦਾਂ ਹਿੰਦੂ ਸਮਾਜ ਹੈਗਾ ਸਿੱਖ ਸਮਾਜ ਹੈਗਾ ਪੰਥ ਨੂੰ ਤਾਂ ਸਮਾਜ ਨੂੰ ਇੱਕੋ ਚੀਜ਼ ਹੈਗੀ ਇਹਦੇ ਕੋਈ ਵੀ ਦਾਖਲ ਹੋ ਸਕਦਾ ਹੈ ਅਤੇ ਜੱਟਾਂ ਨੂੰ ਤਾਂ ਆਪਣੇ ਪਿਓ ਦਾ ਵੀ ਨਹੀਂ ਪਤਾ ਵੀ ਕੌਣ ਗਏ ਸੀ ਜੱਟ ਜੱਟ ਜੱਟਾਂ ਦੀ ਸਭਾ ਹੁੰਦੀ ਜੇ ਕਿਤੇ ਜੱਟ ਜੱਟ ਹੀ ਹੁੰਦੇ ਜਿੱਦਾਂ ਚੌਧਰੀ ਛੋਟੂ ਰਾਮ ਦੇ ਟਾਈਮ 'ਚ ਸੀਗੇ ਉਹਨੇ ਇਕੱਠੇ ਕੀਤੇ ਹੋਏ ਸੀ ਨਾ ਇਸ ਤਰ੍ਹਾਂ ਦਾ ਸਾਨੂੰ ਆਦਮੀ ਚਾਹੀਦਾ ਹੈਗਾ ਨਵਜੋਤ ਸਿੱਧੂ ਜਿਹੜਾ ਹੈਗਾ ਚੌਧਰੀ ਨਵਜੋਤ ਸਿੱਧੂ ਇਹ ਛੋਟੂ ਰਾਮ ਦੇ ਪੈਰਾਂ ਉੱਤੇ ਚੱਲ ਸਕਦਾ ਹੈਗਾ ਇਹ ਸਾਫ ਦਿਲ ਦਾ ਆਦਮੀ ਹੈਗਾ ਜੇ ਇਹਨੂੰ ਤੁਸੀਂ ਕਿਤੇ ਸਮਝਾ ਦਿਓ ਕਿ ਸਾਡੀ ਕੌਮ ਜੱਟ ਹੈਗੀ ਤਾਂ ਅਸੀਂ ਕਾਂਗਰਸ ਨੂੰ ਨਹੀਂ ਵੋਟ ਦੇਣੀ
ਇਸ ਆਪਣੀ ਜੱਟ ਜੱਟ ਪੋਲੀਟੀਸ਼ੀਅਨ ਨੂੰ ਦੇ ਦੇਣੀ ਅਤੇ ਜੱਟ ਪਾਰਟੀ ਬਣਾਏ ਨਾ ਫਿਰ ਤੁਸੀਂ ਕੁਛ ਐਮ ਪੀ ਕਾਮਯਾਬ ਹੋਵੋਗੇ ਅਤੇ ਆਪਣੇ ਆਪ ਨੂੰ ਜਾਗੋਗੇ ਅਤੇ ਆਪਣਾ ਮੁਲਕ ਸਾਂਭੋਗੇ ਜੇ ਤੁਸੀਂ ਇੱਦਾਂ ਹੀ ਅਕਾਲੀਆਂ ਨੂੰ ਦੇ ਦਿੱਤੀ ਕਾਂਗਰਸ ਨੂੰ ਬੀਜੀ ਬੀ ਜੇ ਪੀ ਆਪ ਕਿਹੜੀ ਹੈਗੀ ਇਹ ਤਾਂ ਖੁੰਭਾਂ ਹੈਗੀਆਂ ਬਰਸਾਤੀ ਖੁੰਭਾਂ ਹੈਗੀਆਂ ਨੇ ਇਹ ਕੋਈ ਪਾਰਟੀਆਂ ਥੋੜ੍ਹੀ ਹੈਗੀਆਂ ਨੇ ਸ਼ੈਤਾਨਾਂ ਦੀਆਂ ਪਾਰਟੀਆਂ ਹੈਗੀਆਂ ਸ਼ੈਤਾਨਾਂ ਦੀ ਪਾਰਟੀਆਂ ਬਣ ਕੇ ਆਪਣੀ ਬੋਧੀ ਸ਼ੈਤਾਨਾਂ ਦੇ ਹੱਥ ਫੜਾ ਕੇ ਅਤੇ ਇੱਕ ਦੂਜੇ ਨੂੰ ਲੜਾਉਂਦੇ ਨੇ ਜਿੱਦਾਂ ਸੈਕਟੇਰੀਅਨ ਰਾਈਟਸ ਹੋਈ 1947 'ਚ ਹੋਈ ਸੀ 1984 'ਚ ਹੋਈ ਸੀ ਇਸ ਕਰਕੇ ਤੁਹਾਡਾ ਹੀ ਕਸੂਰ ਹੈਗਾ ਕਿਸੇ ਦਾ ਨਹੀਂ ਕਸੂਰ ਹੈਗਾ ਇਸ ਕਲਯੁਗ ਵਿੱਚ ਦੱਦਾ ਦੋਸ਼ ਨਾ ਦੀਜੀਏ ਦੋਸ਼ ਕਰਮੇ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੀਏ ਅਵਰ ਜਨਮ ਤੁਸੀਂ ਦੂਸਰੇ ਨੂੰ ਵੀ ਜਵਾਬ ਦੇਤੇ ਕਿ ਦੀਜੀ ਗੱਲ ਹੈਗੀ ਕਲਯੁਗ ਵਿੱਚ ਇੱਧਰ ਕਰ ਉੱਧਰ ਪਾ ਅਫਗਾਨਿਸਤਾਨ ਦੇ ਲੋਕ ਕਿੱਦਾਂ ਤੁਰ ਪੈਂਦੇ ਸੀ ਇੰਡੀਆ 'ਤੇ ਹਮਲਾ ਕਰਨ ਜਦੋਂ ਥੋੜ੍ਹੇ ਜਿਹੇ ਹੋਣਾ 5-7 ਸਾਲ ਬਾਅਦ ਤੁਰ ਪੈਣਾ ਹਮਲਾ ਕਰਕੇ ਲੁੱਟਮਾਰ ਕਰਕੇ ਵਾਪਸ ਚਲੇ ਜਾਣਾ ਅਤੇ ਇੱਥੇ ਹੁੰਦੇ ਸੀਗੇ ਆਪਣੇ ਜਿੱਦਾਂ ਸਿੱਖ ਹੈਗੇ ਭਗਤੀ ਮਾਰੇ ਦੇ ਲੋਕ ਭਗਤੀ ਮਾਰਿਓ ਦੇ ਲੋਕ ਕਿਸੇ ਨੂੰ ਮਾਰਦੇ ਨਹੀਂ ਹੈਗੇ ਉਹਨਾਂ ਨੇ ਫਾਇਦਾ ਉਠਾਇਆ ਵੀ ਉਹ ਤਾਂ ਐਵੇਂ ਹੀ ਹੈਗੇ ਕੁੱਤੀ ਵੀ ਹੈਗੇ ਨੇ ਚਲੋ ਉਹਨਾਂ ਨੂੰ ਮਾਰਿਆ ਹੀ ਅਤੇ ਇਸ ਕਰਕੇ ਹੁਣ ਜਿਹੜਾ ਉੱਥੇ ਅਫਗਾਨਿਸਤਾਨ ਵਿੱਚ ਬੰਬ ਚੱਲਦੇ ਸਾਰਾ ਕੁਛ ਇਹ ਉਹਦਾ ਰਿਵਾਰਡ ਮਿਲ ਰਿਹਾ ਕਿਉਂਕਿ ਹਰ ਇੱਕ ਮੁਲਕ ਨੇ ਹੁਣ ਆਪਣਾ ਆਪਣਾ ਰਿਵਾਰਡ ਰੀਪ ਕਰਨਾ ਹੈਗਾ ਕਿਉਂ ਕਲਯੁਗ ਦਾ ਅਖੀਰ ਹੈਗਾ ਜਿਹੜੇ ਚੋਜ਼ਨ ਪੀਪਲ ਹੈਗੇ ਇਹ ਨਮੂਨੇ ਦੇ ਹੈਗੇ ਨੇ ਇਹਨਾਂ ਨੂੰ ਲਿਖਿਆ ਬਾਈਬਲ ਜਦੋਂ ਯੁੱਗ ਦਾ ਅਖੀਰ ਆਇਆ ਇਹਨਾਂ ਨੂੰ ਇਕੱਠੇ ਕਰਕੇ ਜਿਹਨੂੰ ਮਿਲਦਾ ਇਸ ਕਰਕੇ ਇਹਨਾਂ ਨੂੰ ਇਕੱਠੇ ਕੀਤਾ ਜਾ ਰਿਹਾ ਹੈਗਾ ਇਜ਼ਰਾਈਲ ਵਿੱਚ ਅਤੇ ਇਹਨਾਂ ਦੇ 70 ਸਾਲ ਤਾਂ ਇੱਕ ਪ੍ਰੋਟੈਕਸ਼ਨ ਸੀਗੀ 70 ਹੈਗੇ 10 times 7 ਅਤੇ 70 ਇਹਨਾਂ ਦੇ ਸੈਨੇਟਰੀਅਨ ਦੇ ਮੈਂਬਰ ਸੀਗੇ ਅਤੇ 70 ਸੀਗੇ ਜੀਜ਼ ਦੇ ਆਊਟਰ ਸਰਕਲ ਲੇਬਰਰ ਸੀਗੇ ਉਹਦੇ ਚੇਲਾ ਕੋਈ ਨਹੀਂ ਸੀ ਡਿਸਾਈਪਲ ਕੋਈ ਨਹੀਂ ਸੀ ਉਹਦਾ ਅਤੇ ਇਹਨਾਂ ਸਰਕਲ ਸੀਗੇ 12 workers ਆ ਲੇਬਰਸ ਉਹ ਜਿਹੜੇ ਆਊਟਰ ਸਰਕਲ ਸੀਗੇ ਉਹ ਜੌਨ ਦੀ ਬਾਪਟਿਸਟ ਦੇ ਸੀਗੇ ਜਿਸ ਆਊਟਰ ਸਰਕਲ ਹੈਗਾ ਆ ਇਨਰ ਸਰਕਲ ਆ ਹੈਗਾ ਅਤੇ ਉਹ ਜਾਂਦੇ ਹੁੰਦੇ ਦੋ ਦੋ ਜਿੱਥੇ ਚੀਜ਼ ਨੇ ਜਾਣਾ ਹੁੰਦਾ ਸੀ ਪਹਿਲਾਂ ਦੋ ਚਲੇ ਜਾਂਦੇ ਸੀ ਉਸ ਪਿੰਡ 'ਚ ਉੱਥੇ ਲੋਕਾਂ ਨੂੰ ਬਾਪਟਾਈਜ਼ ਕਰਦੇ ਸੀਗੇ ਇਬਰਾਹਿਮ ਦੇ ਨਾਂ 'ਤੇ ਜੌਨ ਦੀ ਬਾਪਟਿਸਟ ਜਿੱਦਾਂ ਕਰਦਾ ਸੀਗਾ ਪਾਣੀ 'ਚ ਉਹਨਾਂ ਨੂੰ ਆਪਣੇ ਪਿਓ ਦਾ ਬਣਾਉਂਦੇ ਸੀ ਫਿਰ ਜੀਜ਼ ਉਹਨਾਂ 'ਚ ਜਾ ਕੇ ਪ੍ਰਚਾਰ ਕਰਦਾ ਸੀ ਜੇ ਆਪਣੇ ਪਿਓ ਦੇ ਨਹੀਂ ਲੋਕੀ ਹੈਗੇ ਰਾਮੀਏ 'ਚ ਥੋੜ੍ਹਾ ਪ੍ਰਚਾਰ ਹੁੰਦਾ ਹੈ ਇਹ ਪ੍ਰਚਾਰ ਉਹਨਾਂ 'ਚ ਹੈਗਾ ਜਿਹੜੇ ਆਪਣੇ ਪਿਓ ਨੂੰ ਜਾਣਦੇ ਜਿਹੜੇ ਬ੍ਰਹਮ ਕੇ ਬੇਟੇ ਹੈਗੇ ਇਸੇ ਕਰਕੇ ਸੇਂਟ ਥੋਮਸ ਜਿਹੜਾ ਆਇਆ ਸੀ ਸਾਊਥ ਇੰਡੀਆ 'ਚ ਆਇਆ ਸੀ ਉੱਥੇ ਲੋਕ ਬ੍ਰਹਮ ਕੇ ਬੇਟੇ ਸੀਗੇ ਉਹਨਾਂ ਕੋਲ ਸ਼ਰਮ ਸੀਗੀ ਉਹਨਾਂ ਕੋਲ ਧਰਮ ਸੀਗਾ ਨਾਰਥ ਇੰਡੀਆ 'ਚ ਕਿਉਂ ਨਹੀਂ ਆਇਆ ਇਸੇ ਕਰਕੇ ਉੱਥੇ ਲੋਕ ਆਪਣੇ ਪਿਓ ਦੇ ਨਹੀਂ ਸੀਗੇ ਉੱਥੇ ਸਾਊਥ ਇੰਡੀਆ 'ਚ 4 ਹੈਗੇ ਨਾ ਨਾਂ ਮੁੰਡੇ ਦਾ ਨਾਂ ਉਹਦੇ ਪੇ ਦਾ ਨਾਂ ਉਹਦਾ ਪਿੰਡ ਦਾ ਨਾਂ ਅਤੇ ਉਹਦਾ ਗੋਤ ਚੋਂ ਨਾਲ ਪਛਾਣ ਹੋ ਜਾਂਦੀ ਵੀ ਫਲਾਨੇ ਦਾ ਪੁੱਤਰ ਹੈਗਾ ਫਲਾਨੇ ਪਿੰਡ ਦਾ ਰਹਿਣ ਵਾਲਾ ਹੈਗਾ ਜੇ ਕੋਈ ਰਿਸ਼ਵਤ ਲਏਗਾ ਤਾਂ ਉਹਦੇ ਜਾ ਕੇ ਪਿਓ ਨੂੰ ਉਲਾਂਭਾ ਦੇਵੇਗਾ ਇਹ ਤੇਰੇ ਪੁੱਤਰ ਨੇ ਰਿਸ਼ਵਤ ਲਈਏਗੀ ਜਾਂ ਗੰਦਾ ਕੰਮ ਕੀਤਾ ਹੈਗਾ ਉਹਨੂੰ ਫਿਰ ਸ਼ਰਮ ਆਏਗੀ ਜਿੱਥੇ ਸ਼ਰਮ ਹੈਗਾ ਉੱਥੇ ਧਰਮ ਹੈਗਾ ਉੱਥੇ ਧਰਮ ਹੈਗਾ ਸਾਊਥ ਇੰਡੀਆ 'ਚ ਸਾਊਥ ਇੰਡੀਆ 'ਚ ਲੇਬਰਰ ਦੇ ਵੀ ਪੈਸੇ ਹੁਣ ਵੀ ਘੱਟ ਹੈਗੇ ਨੇ ਨਾਰਥ ਇੰਡੀਆ 'ਚ ਲੇਬਰਰ ਜਿਹੜਾ 1000 pound ਲੈਂਦਾ ਹੈਗਾ 1000 rupees ਲੈਂਦਾ ਹੈਗਾ ਉੱਥੇ 200 rupees ਲੈ ਲੈਂਦੇ ਉਹ ਦਿਹਾੜੀ ਦਾ ਇੰਨਾ ਫਰਕ ਹੈਗਾ ਉੱਥੇ ਇੱਕ ਦੂਜੇ ਨੂੰ ਰਲ ਮਿਲ ਕੇ ਰਹਿੰਦੇ ਨੇ ਪੈਸਾ ਉਹਨਾਂ ਦਾ ਸੈਕੰਡਰੀ ਹੈਗਾ ਪਹਿਲਾਂ ਹੈਗਾ ਆਦਮੀ ਦੀ ਕਦਰ ਕਰਦੇ ਨੇ ਨਾਰਥ ਇੰਡੀਆ 'ਚ ਪੈਸਾ ਪਹਿਲਾਂ ਆਦਮੀ ਬਾਅਦ 'ਚ ਇੱਧਰੋਂ ਜਾਂਦੇ ਨੇ NRI ਉੱਥੇ ਆਪਣੀ ਜ਼ਮੀਨਾਂ ਵਗੈਰਾ ਲੈਣ ਲਈ ਜਦੋਂ ਜਾਂਦੇ ਨੇ ਤਾਂ ਅਗਲੇ ਦੰਦ ਦਿਖਾਉਂਦੇ ਪੂਰੇ ਉਹਨਾਂ ਨੂੰ ਮਾਰ ਕੇ ਕਰਦੇ ਨੇ ਜਾਂ ਉਹਨਾਂ ਦਾ ਉਹਨਾਂ ਨੂੰ ਮੁਕੱਦਮੇ 'ਚ ਪਾ ਦਿੰਦੇ ਨੇ ਝੂਠਾ ਮੁਕੱਦਮਾ ਕਰਕੇ ਅਤੇ ਉਹ ਥਾਣੇ ਚਲੇ ਜਾਂਦੇ ਨੇ ਥਾਣੇ ਵਾਲੇ ਫਿਰ ਲੈ ਜਾਂਦੇ ਉਹਨਾਂ ਨੂੰ ਜੇਲ੍ਹਾਂ 'ਚ ਪਾ ਦਿੰਦੇ ਨੇ ਅਤੇ ਲੈ ਲਓ ਤੁਸੀਂ ਆਪਣੇ ਪੈਸੇ ਇਸ ਕਰਕੇ ਜਿਹੜਾ ਐਪੀ ਸੈਂਟਰ ਹੈਗਾ ਬੇਈਮਾਨੀ ਦਾ ਉਹ ਅੰਮ੍ਰਿਤਸਰ ਹੈਗਾ ਅੰਮ੍ਰਿਤਸਰੀਏ ਅੰਦਰ ਸੜੀਏ ਇਹ ਸਤਿਗੁਰੂ
ਛੇਵੇਂ ਸਤਿਗੁਰੂ ਤੇਗ ਬਹਾਦਰ ਜੀ ਕਹਿ ਗਏ ਸੀਗੇ, ਲਾਸਟ ਕ੍ਰਾਈਸਟ ਸੀਗੇ, ਇਹਨਾਂ ਨੇ ਅਲਟੀਮੇਟਮ ਪਰ ਉਹ ਦਿੱਤਾ ਸੀ ਪੈਗਾਮ ਸਰਮਨ। ਇਸ ਕਰਕੇ ਸੀਗੇ ਕਮਾਂਡਰ ਇਨ ਚੀਫ ਆਫ ਸਿੱਖੀ, ਸਿੱਖੀ ਦੇ ਕਮਾਂਡਰ ਇਨ ਚੀਫ। ਇੱਥੇ ਇਹਨਾਂ ਦਾ ਮੈਂ ਬਣਾਇਆ ਹੈਗਾ ਇੱਕ ਅਤੇ ਪਤਾ ਲੱਗੇਗਾ ਟੀ ਸ਼ਰਟ ਦਾ ਡਿਜ਼ਾਇਨ ਬਣਾਇਆ ਸੀਗਾ ਮੈਂ ਅਤੇ ਇੱਥੇ ਉਹਨਾਂ ਦਾ ਇੱਕ ਚਲੋ ਠੀਕ ਹੈਗਾ, ਓਕੇ ਬਥੇਰਾ ਕਰ ਦਿੱਤਾ ਔਰ ਘੰਟੇ ਦਾ ਚਲਿਆ ਤਕਰੀਬਨ ਉਹ ਵੀਡੀਓ ਲੰਬਾ ਅਤੇ ਸੁਣਨ ਦਾ ਤੁਹਾਡਾ ਬੜਾ ਧੰਨਵਾਦ ਅਤੇ ਪ੍ਰਚਾਰ ਕਰੋ। ਅਤੇ ਮੈਂ ਵੀ ਕਿਤਾਬਾਂ ਨਹੀਂ ਪੜ੍ਹੀਆਂ ਹੋਈਆਂ, ਜੇ ਤੁਸੀਂ ਕਹੋ ਵੀ ਮੈਂ ਪੜ੍ਹੀਆਂ ਕਿੰਨੀਆਂ ਕਿਤਾਬਾਂ ਪੜ੍ਹੀਆਂ, ਕੁਛ ਨਹੀਂ ਪੜ੍ਹਿਆ ਮੈਂ, ਜਿਹੜਾ ਹੈਗਾ ਸਾਰਾ ਇੱਥੇ ਹੈਗਾ ਦਿਲ 'ਚ। ਗਿਆਨੀ ਉਹ ਜੋ ਆਪ ਵਿਚਾਰੇ, ਗਿਆਨੀ ਬਣਨਾ ਅਤੇ ਆਪ ਵਿਚਾਰਨਾ ਪੈਣਾ ਹੈਗਾ, ਆਪ ਵਿਚਾਰੋਗੇ ਤਾਂ ਇੱਥੇ ਨਾਮ ਲਿਖਿਆ ਜਾਏਗਾ, ਦਿਲ 'ਤੇ ਨਾਮ ਲਿਖਿਆ ਜਾਂਦਾ ਹੈਗਾ, ਕਿਤਾਬਾਂ 'ਚ ਨਹੀਂ ਲਿਖੇ ਜਾਂਦੇ। ਇਸ ਕਰਕੇ ਸੇਂਟ ਪੌਲ ਕਹਿੰਦਾ ਗੋਸਪਲ ਕੈਨੋਟ ਬੀ ਰਿਟਨ ਡਾਊਨ ਇਨ ਇੰਕ ਔਨ ਪੇਪਰ ਬਟ ਓਵਰ ਦੀ ਲਿਵਿੰਗ ਟੈਬਲੇਟ ਆਫ ਹਾਰਟ। ਠੀਕ ਹੈ, ਇਸ ਕਰਕੇ ਤੁਹਾਨੂੰ ਕਹਿੰਦਾ ਬਾਈਬਲ ਪੜ੍ਹੋ। ਕ੍ਰਿਸਚੀਅਨ ਜਿਹੜੇ ਹੈਗੇ ਨੇ ਇਹ ਪੀਪਲ ਆਫ ਦੀ ਬੁੱਕ ਹੈਗੇ, ਤੁਸੀਂ ਮੈਂ ਕ੍ਰਿਸਚੀਅਨ ਨਹੀਂ ਹੈਗਾ, ਮੈਂ ਕ੍ਰਾਈਸਟ ਹੈਗਾ। ਜਦੋਂ ਇਹਨਾਂ ਨੂੰ ਹੈਗਾ ਨਾ ਚਰਚ 'ਚ ਜਾਈਦਾ ਤਾਂ ਕਹਿੰਦੇ ਆਰ ਯੂ ਏ ਕ੍ਰਿਸਚੀਅਨ, ਮੈਂ ਕਿਹਾ ਨੋ ਨੋ ਆਈ ਐਮ ਨਾਟ ਏ ਕ੍ਰਿਸਚੀਅਨ ਆਈ ਐਮ ਏ ਕ੍ਰਾਈਸਟ। ਜਦੋਂ ਕ੍ਰਾਈਸਟ ਕਹਿੰਦਾ ਤਾਂ ਹੱਸਦੇ ਨੇ ਵੀ ਇਹਦਾ ਦਿਮਾਗ ਹਿੱਲਿਆ ਹੋਇਆ ਹੈਗਾ। ਅਤੇ ਜਦੋਂ ਉਹਨਾਂ ਨੂੰ ਪੁੱਛੀਦਾ ਮਾੜਾ ਜਿਹਾ ਸਵਾਲ ਵੀ ਇਹਦਾ, ਜੌਨ ਦੀ ਬਾਪਟਿਸ ਕਹਿੰਦਾ ਸੀ ਮੈਂ ਪਾਣੀ ਨਹੀਂ ਦਿੰਦਾ ਅਤੇ ਮੇਰੇ ਆਉਣ ਤੋਂ ਬਾਅਦ ਕਰ ਜਿਹੜਾ ਸੀਗਾ ਉਹ ਤੁਹਾਨੂੰ ਡੁੱਬੀ ਦੇਗਾ ਹੋਲੀ ਸਪਿਰਿਟ 'ਚ। ਅਤੇ ਇਹ ਦੱਸੋ ਵੀ ਜੌਨ ਦੀ ਬਾਪਟਿਸ ਨੇ ਕਿਹਦੇ ਕਿਹਦੇ ਨਾਂ 'ਤੇ ਦਿੱਤੀ ਸੀ ਡੁਬਕੀ? ਉਹ ਆਉਂਦੀ ਹੈ ਨਹੀਂ, ਕੁਛ ਵੀ ਨਹੀਂ ਕਹਿੰਦਾ। ਫਿਰ ਮੂੰਹ ਵੱਲ ਦੇਖਦੇ ਨੇ। ਇੱਥੇ ਜਾਣਾ ਯੂਨੀਵਰਸਿਟੀ ਆਕਸਫੋਰਡ ਦੇ ਹੈਗੇ, ਉੱਥੇ ਜਿਹੜੇ ਕਿਤਾਬੀ ਕੀੜੇ ਹੈਗੇ ਨੇ ਪ੍ਰੋਫੈਸਰ, ਉਹਨਾਂ ਨੂੰ ਮੈਂ ਕਹਿੰਦਾ ਯੂ ਆਰ ਸੁਪਰ ਡੋਂਕੀਜ਼ ਕੈਰੀਇੰਗ ਹੋਲੀ ਬੁੱਕਸ। ਅਤੇ ਇੱਕ ਹੈਗਾ ਗੋਸਪਲ ਹੈਗਾ ਜੌਨ 4 ਸਮੈਰੀਟਨ ਵੂਮਨ ਐਟ ਦੀ ਵੈਲ, ਉਹਦੇ ਸੀਗੇ ਸ਼ੀ ਹੈਡ 5 ਹਸਬੈਂਡਸ ਲਿਵਿੰਗ ਵਿਦ ਹਰ ਬਟ ਨਾਟ ਨੋ ਮੋਰ ਹਰ ਹਸਬੈਂਡ। 5 ਸੀਗੇ ਕਾਮ ਕਰੋ ਦੋ ਮੋਹਕਾਰ, ਉਹ ਰੂਹਾਨੀ ਹਸਬੈਂਡ ਸਪਿਰਚੁਅਲ ਹਸਬੈਂਡ ਹੈਗੇ, ਇਹ ਉਹਦਾ ਫਿਜੀਕਲ ਹਸਬੈਂਡ ਬਣਾ ਕੇ ਕਹਿੰਦੇ ਉਹ ਤਾਂ ਬੜੀ ਗੰਦੀ ਔਰਤ ਸੀ, ਇੱਕ ਆਦਮੀ ਨੂੰ ਛੱਡ ਕੇ ਦੂਜਾ ਕਰ ਲੈਂਦੀ ਸੀ। ਇਹ ਪ੍ਰੋਫੈਸਰਾਂ ਦੀ ਹੈਗੀ, ਨਿਊ ਟੈਸਟਾਮੈਂਟ ਦੇ ਪ੍ਰੋਫੈਸਰ ਜਿਹੜੇ ਯੂਨੀਵਰਸਿਟੀ 'ਚ ਹੈਗੇ ਨੇ, ਜਿਹੜੇ ਆਰਥੋਡਾਕਸ ਹੈਗੇ ਨੇ ਉਹਨਾਂ ਦੇ 'ਚੋਂ ਹੈਗਾ ਦਿਨ ਆਉਂਦਾ ਉਹਦਾ ਸੇਂਟ ਫੋਟੀਨਾ, ਉਹਦਾ ਨਾਂ ਸੀ ਸੇਂਟ ਫੋਟੀਨਾ। ਉਹਦਾ ਦੱਸਿਆ ਸੀ ਵੀ ਉਹ ਕਿੱਦਾਂ ਉਹਨੇ ਨੀਰੋ ਨੇ ਮਾਰਿਆ ਸੀ ਉਹਨੂੰ, ਸਾਰੀ ਸਟੋਰੀ ਦਿੱਤੀ ਹੋਈ, ਉਹ ਤੁਹਾਨੂੰ ਮੇਰੀ ਵੈਬਸਾਈਟ 'ਤੇ ਮਿਲ ਜਾਏਗੀ। ਅਤੇ ਉਹ ਭਗਤਨ ਸੀਗੀ, ਭਗਤਨ ਨੂੰ ਇਹ ਕਹਿੰਦੇ ਉਹ ਕੰਜਰੀ ਸੀਗੀ। ਅਤੇ ਇਸ ਕਰਕੇ ਜੱਟੋ ਥੋੜ੍ਹਾ ਜਾਗੋ ਅਤੇ ਜਾ ਕੇ ਆਪਣੀ ਵੀ ਮੁਕਤੀ ਕਮਾਓ। ਅਤੇ ਜਿੱਥੇ ਤੁਸੀਂ ਰਹਿੰਦੇ ਹਾਂ ਓਵਰਸੀਜ਼, ਅਮੈਰੀਕਾ, ਯੂਰਪ ਜਾਂ ਹੋਰ ਜਿੱਥੇ ਵੀ ਰਹਿੰਦੇ ਹਾਂ, ਉੱਥੇ ਪ੍ਰਚਾਰ ਕਰੋ। ਇੰਡੀਆ 'ਚ ਨਹੀਂ ਚੱਲਣਾ ਪ੍ਰਚਾਰ, ਇੰਡੀਆ 'ਚ ਉਹ ਸਾਰੇ ਕਹਿੰਦੇ ਪੈਸਾ ਕੀ ਬਣਦਾ ਹੈਗਾ, ਜੇ ਉੱਥੇ ਪ੍ਰਚਾਰ ਕਰੋਗੇ ਤਾਂ ਤੁਹਾਨੂੰ ਉਲਟਾ ਪੈਣਗੇ ਵੀ ਤੂੰ ਕੌਣ ਹੈਗਾ। ਅਤੇ ਪ੍ਰੇਅਰ ਅਤੇ ਫਾਸਟਿੰਗ ਜਿਹੜੀ ਹੈਗੀ ਐਂਟੀ ਕ੍ਰਾਈਸਟ ਹੈਗੀ, ਕਿਉਂ? ਪ੍ਰੇਅਰ ਆਵਰ ਫਾਦਰ ਇਨ ਹੈਵਨ, ਉਹ ਤਾਂ ਯਾ ਵੀ ਹੈਗਾ ਜਾਂ ਬ੍ਰਹਮਾ ਹੈਗਾ, ਉਹ ਹੈਗਾ, ਉਹ ਤਾਂ ਹੈ ਨਹੀਂ ਨਾ ਟਾਈਮ ਉਹਦਾ, ਹੁਣ ਤਾਂ ਪਾਰ ਬ੍ਰਹਮ ਦਾ ਟਾਈਮ ਹੈਗਾ, ਪਾਰ ਬ੍ਰਹਮ ਤਾਂ ਅੰਦਰ ਹੈਗਾ। ਉਹਨਾਂ ਨੂੰ ਪ੍ਰਾਪ ਬ੍ਰਹਮ ਦੀ ਸੁਰਤੀ ਨੇ, ਉਹ ਜੋ ਲਿਖਿਆ ਕਿਤਾਬ ਵਿੱਚ ਉਹੀ ਪੜ੍ਹੀ ਜਾਂਦੇ ਨੇ। ਅਤੇ ਇਸ ਕਰਕੇ ਇਹ ਮਨ ਦੇ ਅੰਨੇ ਹੈਗੇ ਨੇ। ਅਤੇ ਇਸੇ ਕਰਕੇ ਆਪਣੀ ਬਾਣੀ 'ਚ ਆਉਂਦਾ ਹਿੰਦੂ ਅੰਨਾ ਤੁਰਕੂ ਕਾਰ, ਗਿਆਨੀ ਦੋਵਾਂ 'ਚ ਸਿਆਣਾ।
ਹਿੰਦੂ ਦਾ ਹੈਗਾ ਚੇਲਾ ਹੈਗਾ ਕਹਿੰਦਾ ਸਾਲਟ ਸੀਗਾ ਗਮ ਅਲੀ ਉਹਦਾ ਚੇਲਾ ਸੀਗਾ ਅੰਨਾ ਜੋ ਕਹਿੰਦਾ ਸੀ ਉਹ ਕਰਦਾ ਸੀਗਾ ਆਪਣੀ ਸੁਰਤੀ ਨਾਲ ਨਹੀਂ ਸੀ ਚੱਲਦਾ ਤੇ ਇਸ ਕਰਕੇ ਜਿਹੜੇ ਹਿੰਦੂ ਹੈਗੇ ਨੇ ਆਮ ਤੌਰ ਤੇ ਜਾਣਦੇ ਨੇ ਵੀ ਜਿਹੜਾ ਪੰਡਿਤ ਹੈਗਾ ਉਹ ਲਾਲਚੀ ਹੈਗਾ ਤੇ ਹਰਾਮੀ ਹੈਗਾ ਸਭ ਕੁਛ ਜਾਣਦੇ ਨੇ ਫਿਰ ਵੀ ਪੰਡਿਤ ਜੀ ਆਪ ਆਈਏ ਆਪ ਕਰੀ ਕੀਜੀਏ ਜੀ ਕੰਮ ਤੇ ਇਸ ਤਰ੍ਹਾਂ ਹੈਗਾ ਇਹਨਾਂ ਦਾ ਸ਼ਿਕਸ਼ਾ ਹਿੰਦੂ ਅੰਨਾ ਤੁਰਕੂ ਕਰਨਾ ਤੁਰਕੂ ਹੁੰਦਾ ਜਾਣੇ ਕੰਮ ਕਰੋ ਲੋਹ ਮਾਰ ਤਰਕ ਕਰਨਾ ਹੈਗਾ ਮਨ ਦਾ ਚੇਲਾ ਗਿਆਨੀ ਜਿਹੜਾ ਹੁੰਦਾ ਗੁਰਮੁਖ ਹੁੰਦਾ ਹੈਗਾ ਗਿਆਨੀ ਦੋਵਾਂ ਤੇ ਸਿਆਣਾ ਗੁਰਮੁਖ ਜਿਹੜਾ ਗੁਰ ਨਾਲ ਬੋਲਦਾ ਮਤਲਬ ਮੂੰਹ ਗੁਰ ਨਾਲ ਖੋਲਦਾ ਹੈਗਾ ਬੇਗੁਰਾ ਨਹੀਂ ਖੋਲਦਾ ਤੇ ਚਲੋ ਕਾਫੀ ਹੋ ਗਿਆ ਹੁਣ।